साधु पंकज मंदना सिमरण अंगद दुख गुरु अमरदास हृदानित श्री गुरु रामदास गाना गुरु अर्जन देव नाना के देव नाना के नाशक हर गोबिंद शुभ सुमत पार श्री हर राम सतगुरु तेरे प्रसाद सच राम गुरु जी की फतेह भगवन विलासन राम गुरु जी की फतेह भगवन विलासन दोहरा हम अगारी बैठ कर सतगुर लाए दीवान आए रबाबी टिग थिरे करे शब्द को गान वाहेगुरु जी का खालसा वाहेगुरु जी की फतेह तेग बहादुर सिमरिय कल नानक आवै ताए सब थाई होए सहाय तैसे कृपालु कृपा निधान धन धाना श्री गुरु तेग बहादुर महाराज जी दे पावन पवित्र इतिहासिक स्थान गुरुद्वारा श्री दुख निवारण साहिब जी की पावन धरती जिथे आप संतां नितां प्रति नतमस्तक होके गुरु महाराज जी के शब्द का आनंद माणदे हो खालसा जीओ ये शब्द का आनंद ताही आंदा है जिन्हां दे अंदर प्रेम होवे शरदा होवे
ਉਹਨਾਂ ਦਾ ਹਿਰਦਾ ਆਪੇ ਹੀ ਸ਼ਾਂਤ ਹੋ ਜਾਂਦਾ ਹੈ। ਤੇ ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਜੀਵਤ 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 ਰਹੋ ਤੇ ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ। ਪਰ ਕਦੋਂ? ਰੱਬ ਦਾ ਨਾਮ ਰੋਜ਼ ਉੱਠ ਕੇ ਪੀਓ, ਪੀਓ ਭਾਵ ਜਪੋ। ਰਸਨਾ ਦੁਆਰਾ ਰੋਜ਼ ਜਪਣਾ ਹੈ, ਵਾਹਿਗੁਰੂ ਸਾਰੇ ਜਪੇ ਕਰੀਏ, ਜਦੋਂ ਸਾਰੇ ਜਪਦੇ ਆ ਨਾ ਫਿਰ ਨੀਂਦ ਨਹੀਂ ਆਉਂਦੀ। ਆਲਸ ਕਦੋਂ ਆਉਂਦੀ? ਜਦੋਂ ਸ਼ੌਂਕ ਨਾ ਹੋਵੇ। ਜਿੱਥੇ ਸ਼ੌਂਕ ਨਾ ਹੋਵੇ ਨਾ ਉੱਥੇ ਸੁਸਤੀ ਪੈਂਦੀ ਹੈ, ਨਿੰਦਰਾ ਆਉਂਦੀ ਹੈ, ਆਲਸ ਆਉਂਦੀ ਹੈ। ਜਿੱਥੇ ਸ਼ੌਂਕ ਹੋਵੇ ਉੱਥੇ ਭਾਵੇਂ ਦੋ ਦੋ ਦਿਨ ਲੰਘ ਜਾਣ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ। ਨੀਂਦ ਭੁੱਖ ਸਭ ਪਰ ਹਰ ਤਿਆਗੀ, ਐਸੇ ਉਹ ਰੱਬ ਦੇ ਪਿਆਰੇ ਹਨ ਜਿਹੜੇ ਅੱਜ ਵੀ ਜੀਂਦੇ ਹਨ। ਉਹ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦਾ ਆਗਮਨ ਦਿਹਾੜਾ ਵੀ ਖਾਲਸਾ ਦੇ ਨੇੜੇ ਆਉਣ ਵਾਲਾ ਹੈ, ਸ਼ਾਇਦ ਕੱਲ੍ਹ ਉਹਨਾਂ ਦਾ ਆਗਮਨ ਦਿਹਾੜਾ ਹੈ, ਉਹ ਅੱਜ ਵੀ ਜੀਂਦੇ ਹਨ। ਨਿੱਕੀਆਂ ਜਿੰਦਾ ਵੱਡੇ ਸਾਕੇ ਕਿ ਸਰਹੰਦ ਦੀ ਪਾਵਨ ਧਰਤੀ ਤੇ ਉਹਨਾਂ ਨੇ ਇਤਨਾ ਵੱਡਾ ਸਾਕਾ ਕੀਤਾ, ਅੱਜ ਵੀ ਜੀਂਦੇ ਹਨ। ਉਹ ਸ਼ਹੀਦ ਗੁਰੂ ਕੇ ਪਿਆਰੇ ਜਿਨ੍ਹਾਂ ਅੰਦਰ ਨਾਮ ਰਸ ਹੈ, ਚੜ੍ਹਦੀ ਕਲਾ ਵਿੱਚ ਹਨ, ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਕਰ ਹਨ ਖਾਲਸਾ ਜੀ। ਉਹ ਤੇ ਇਸ ਕਰਕੇ ਆਸ਼ਮੋ ਸੰਗਤਾਂ ਵੱਡੇ ਭਾਵ ਵਾਲੇ ਹੋ ਕਿ ਨਿਤਾਂ ਪ੍ਰਤੀ ਸਾਧ ਸੰਗਤ ਦੀਆਂ ਘੜੀਆਂ ਮਾਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਸ਼ਰਵਣ ਕਰਦੇ ਹੋ। ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਜੀ ਪਾਵਨ ਧਰਤੀ ਤੇ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ, ਲਗਭਗ 22 ਸਾਲ ਮਹਾਰਾਜ ਸਰੀਰ ਕਰਕੇ ਰਹੇ ਤੇ ਉੱਥੇ ਹੀ ਮਹਾਰਾਜ ਜੀ ਜੋਤੀ ਜੋਤ ਸਮਾਏ। ਉਸੇ ਪਾਵਨ ਸਥਾਨ ਤੇ ਮਾਤਾ ਭਾਨੀ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਖਾਲਸਾ ਜੀ। ਤੇ ਇਸ ਅਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਸਾਰਾ ਪਰਿਵਾਰ ਸਾਰੇ ਸਿੱਖ ਸੂਰਮੇ ਦਰਸ਼ਨ ਪ੍ਰਸ਼ਨ ਕਰ ਰਹੇ ਹਨ। ਉੱਧਰ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਅੰਸ਼ ਬੰਸ਼ ਹਨ, ਸਭ ਨੇ ਬਹੁਤ ਸਵਾਗਤ ਕੀਤਾ ਮਹਾਰਾਜ ਜੀ ਦਾ ਤੇ ਮਹਾਰਾਜ ਤਾਂ ਅੱਗੇ ਆਉਣਾ ਚਾਹੁੰਦੇ ਹਨ ਕਰਤਾਰਪੁਰ ਸਾਹਿਬ ਵੱਲ। ਪਰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕੁਛ ਸਮਾਂ ਹੋਰ ਠਹਿਰ ਜਾਓ, ਸਤਿਗੁਰੂ ਜੀ ਤੁਹਾਡੇ ਪਿਤਾ ਜੀ ਆਉਂਦੇ ਸਨ ਨਾ ਤੇ 2-2 ਮਹੀਨੇ ਇੱਥੋਂ ਜਾਂਦੇ ਨਹੀਂ ਸਨ, ਤੇ ਇਤਨਾ ਰਮਣੀਕ ਅਸਥਾਨ ਬਿਆਸ ਨਦੀ ਦਾ ਕੰਢਾ ਹੈ ਤੇ ਇਹ ਸਿੱਖੀ ਦਾ ਧੁਰਾ ਹੈ, ਗੋਇੰਦਵਾਲ
ਸਿੱਖੀ ਦਾ ਧੁਰਾ ਹੈ ਮਹਾਰਾਜ। ਸਤਿਗੁਰ ਜੀ ਕਹਿਣ ਲੱਗੇ ਰਹਿਣ ਦਾ ਮਨ ਤਾਂ ਕਰਦਾ ਪਰ ਸਾਡੇ ਪਿੱਛੇ ਜਿਹੜੀਆਂ ਫੌਜਾਂ ਪਈਆਂ ਹੋਈਆਂ ਮੁਗਲਾਂ ਨਾਲ ਸਾਡਾ ਯੁੱਧ ਹੋਇਆ ਹੁਣੇ ਪਤਾ ਨੀ ਜੰਗ ਫੇਰ ਨਾ ਹੋ ਜਾਵੇ, ਇਸ ਕਰਕੇ ਅਸੀਂ ਅੱਗੇ ਜਾਂਦੇ ਹਾਂ ਤੇ ਕਦੀ ਫਿਰ ਸਮਾਂ ਆਇਆ ਫਿਰ ਆਵਾਂਗੇ। ਤੇ ਬਾਬਾ ਸੁੰਦਰ ਜੀ ਕਹਿਣ ਲੱਗੇ ਮਹਾਰਾਜ ਆਪਣਾ ਪਰਿਵਾਰ ਤਾਂ ਇੱਥੇ ਛੱਡ ਜਾਓ, ਤੁਸੀਂ ਚਲੇ ਜਾਓ। ਤੇ ਮਹਾਰਾਜੇ ਨੇ ਸਾਰਾ ਪਰਿਵਾਰ ਉੱਥੇ ਟਿਕਾਇਆ, ਦਰਸ਼ਨ ਕੀਤੇ ਉਹਨਾਂ ਪਾਵਨ ਅਸਥਾਨਾਂ ਦੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੰਸਕਾਰ ਹੋਇਆ ਸੀ, ਬੀਬੀ ਭਾਨੀ ਜੀ ਦਾ ਸੰਸਕਾਰ ਹੋਇਆ, ਗੁਰੂ ਰਾਮਦਾਸ ਮਹਾਰਾਜ ਸੋਝ ਸੁਲਤਾਨ ਜੀ ਜਿੱਥੇ ਮਹਾਰਾਜਾ ਸਰੀਰ ਦਾ ਸੰਸਕਾਰ ਹੋਇਆ। ਇਹ ਤਿੰਨ ਅਸਥਾਨਾਂ ਤੇ ਦਰਸ਼ਨ ਕੀਤੇ ਪਰ ਉੱਥੇ ਸਫਾਈ ਬਹੁਤੀ ਨਹੀਂ ਸੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇੱਥੇ ਤਾਂ ਸਫਾਈ ਹੈ ਹੀ ਨਹੀਂ, ਕੋਈ ਸੇਵਾਦਾਰ ਨਹੀਂ ਹੈ, ਕੋਈ ਸੰਤ ਮਹਾਤਮਾ। ਅਚਾਨਕ ਬਚਨ ਨਿਕਲਿਆ ਸਹਿਜ ਸੁਭਾਅ, ਚਲੋ ਰੱਬ ਦਾ ਐਸਾ ਬਹਾਣਾ ਹੋਵੇਗਾ ਇਹ ਵੀ ਦਰਿਆ ਦੇ ਅੰਦਰ ਹੀ ਸਮਾ ਜਾਣਗੇ ਸਾਰੇ। ਤੇ ਖਾਲਸਾ ਜੀ ਉਹ ਪਾਵਨ ਸਥਾਨ ਉਹ ਦਰਿਆ ਦੇ ਅੰਦਰ ਹੀ ਸਾਰੇ ਸਮਾ ਗਏ ਜੋ ਅਸਲ ਸਥਾਨ ਸੀ। ਇਸ ਤਰ੍ਹਾਂ ਮਹਾਰਾਜ ਗੁਰਸਿੱਖਾਂ ਨਾਲ ਬਚਨ ਬਿਲਾਸ ਕਰਦੇ ਹੋਏ ਬਿਆਸ ਨਦੀ ਪਾਰ ਕੀਤੀ ਤੇ ਦੋਵੇਂ ਬਾਬਾ ਸੁੰਦਰ ਜੀ ਤੇ ਬਾਬਾ ਚੰਦਮਲ ਜੀ ਦੋਵਾਂ ਨੂੰ ਮਹਾਰਾਜ ਜੀ ਨੇ ਆਪਣੇ ਘਰ ਵੱਲ ਤੋਰਿਆ, ਤੁਸੀਂ ਜਾਓ ਭਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਭਾਈ ਬਿਧੀ ਚੰਦ ਭਾਈ ਜਾਤੀ ਮਲਕ ਆਦਿਕ ਸਿੱਖਾਂ ਨਾਲ ਬਚਨ ਬਿਲਾਸ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਜੋ ਅੱਜ ਕੱਲ ਜਲੰਧਰ ਦੇ ਨੇੜੇ ਹੈ ਖਾਲਸਾ ਜੀ। ਤੇ ਉੱਥੇ ਜੋ ਗੁਰੂ ਘਰ ਦੇ ਮਹਾਨ ਸੇਵਾਦਾਰ ਭਾਵੇਂ ਹੈ ਜਨਮ ਕਰਕੇ ਜਿਨ੍ਹਾਂ ਦਾ ਜਨਮ ਮੁਸਲਮਾਨਾਂ ਦੇ ਘਰ ਹੋਇਆ ਪਰ ਪਿਛਲੇ ਜਨਮਾਂ ਦੀ ਬੰਦਗੀ ਕਰਕੇ ਮਾਤਾ ਕੌਲਾ ਜੀ ਸਵਾਸ ਸਵਾਸ ਮਹਾਰਾਜ ਜੀ ਨੂੰ ਯਾਦ ਕਰਦੇ ਹਨ। ਸਰੀਰ ਕਰਕੇ ਭਾਵੇਂ ਤੰਦਰੁਸਤ ਨਹੀਂ ਪਰ ਖਾਲਸਾ ਜੀ ਉਹਨਾਂ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਵਸਿਆ ਹੋਇਆ ਹੈ। ਦਿਨ ਰਾਤ ਮਹਾਰਾਜ ਜੀ ਨੂੰ ਯਾਦ ਕਰਦੇ ਕਿ ਮਹਾਰਾਜ ਆਓ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਹੈ। ਜਦੋਂ ਮਹਾਰਾਜ ਜੀ ਪਹੁੰਚੇ ਤੇ ਮਾਤਾ ਕੌਲਾ ਜੀ ਉੱਠਣਾ ਚਾਹੁੰਦੇ ਹਨ ਆਪਣੇ ਮੰਜੇ ਤੋਂ ਪਰ ਉੱਠਿਆ ਨਹੀਂ ਜਾ ਰਿਹਾ ਤੇ ਮਹਾਰਾਜ ਨੇ ਆਖਿਆ ਕੌਲਾ ਜੀ ਕੋਈ ਗੱਲ ਲੇਟੇ ਰਹੋ ਆਰਾਮ ਕਰੋ ਆਪ ਜੀ। ਤੇ ਕੁਛ ਘੜੀਆਂ ਦਰਸ਼ਨ ਕੀਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕੌਲਾ ਜੀ ਨੇ ਆਖਿਆ ਮਹਾਰਾਜ ਕਿ ਤੁਹਾਡੇ ਦਰਸ਼ਨ ਤੋਂ ਬਿਨਾਂ ਨਹੀਂ ਰਿਹਾ ਜਾਂਦਾ ਮਾਨ। ਹੁਣ ਮਹਾਰਾਜ ਇਹ ਮਨ ਚਾਹੁੰਦਾ ਹੈ ਕਿ ਸਰੀਰ ਤਿਆਗ ਦਈਏ। ਸਤਿਗੁਰ ਕਹਿਣ ਲੱਗੇ ਤੁਹਾਡਾ ਇਹੀ ਸਮਾਂ ਜਾਣ ਕੇ ਅਸੀਂ ਤੁਹਾਡੇ ਕੋਲ ਆਏ ਹਾਂ, ਫਿਕਰ ਨਾ ਕਰੋ ਤੁਸੀਂ ਹੁਣ ਜਨਮਾਂ ਮਰਨਾਂ ਦੇ ਗੇੜੇ 'ਚ ਨਹੀਂ ਪੈਣਾ, ਤੁਸੀਂ ਰੱਬ ਦੇ ਕੋਲ ਜੋਤੀ ਜੋਤ ਸਮਾ ਜਾਣਾ ਹੈ। ਇਸ ਤਰ੍ਹਾਂ ਮਹਾਰਾਜ ਬਚਨ ਬਿਲਾਸ ਕਰਦੇ ਹੋਏ ਹੌਸਲਾ ਦੇ ਕੇ ਮਾਤਾ ਕੌਲਾ ਜੀ ਨੂੰ ਕਿਵੇਂ ਹੋਰ ਕੋਤਕ ਕਰ ਰਹੇ ਹਨ। ਆਓ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਸ਼ੇਰ ਦਾ ਸ਼ਿਕਾਰ ਕਰਨਗੇ ਅਤੇ ਮਾਤਾ ਕੌਲਾ ਜੀ ਨੂੰ ਆਤਮ ਗਿਆਨ ਬਖਸ਼ਿਸ਼ ਕਰਨਗੇ। ਆਓ ਸਾਰੇ ਗੁਰੂ ਕੇ ਪਿਆਰੇ
ਮਹਾਰਾਜ ਜੀ ਦਾ ਇਹ ਜੀਵਨ ਇਹ ਆਨੰਦਮਈ ਕੌਤਕ ਸਰਵਣ ਕਰਨ ਲਈ ਸਭ ਆਪਣੀਆਂ ਮਨ ਬਿਰਤੀਆਂ ਕਾਦਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੇ ਜੀ ਸਤਨਾਮ ਵਾਹਿਗੁਰੂ ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਦੋਹਰਾ ਥੰਮ ਅਗਾਰੀ ਬੈਠ ਕਰ ਸਤਗੁਰ ਲਾਏ ਦੀਵਾਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਕਰਤਾਰਪੁਰ ਸਾਹਿਬ ਗੁਰਦੁਆਰਾ ਥੰਮ ਸਾਹਿਬ ਹੈ ਅੱਜ ਵੀ ਖਾਲਸਾ ਜੀ ਹੋ ਸੰਤਾਂ ਦਰਸ਼ਨ ਕਰਨੀਆਂ ਉਸ ਥੰਮ ਦੇ ਅੱਗੇ ਮਹਾਰਾਜ ਨੇ ਬਹੁਤ ਵੱਡਾ ਦੀਵਾਨ ਲਗਾਇਆ ਹੈ ਤੇ ਮਹਾਰਾਜ ਆਪ ਸਭ ਸੰਗਤਾਂ ਨੂੰ ਦਰਸ਼ਨ ਪਰਸ਼ਨ ਦੇ ਰਹੇ ਹਨ ਆਏ ਰੱਬਾ ਬੀ ਟਿੱਡ ਤੇਰੇ ਕਰੇ ਸ਼ਬਦ ਕੋ ਗਾਨ ਰਬਾਬੀ ਗੁਰੂ ਤੇ ਪਿਆਰਿਆਂ ਨੇ ਇਹਨਾਂ ਸਿੱਖਾਂ ਨੇ ਜਦੋਂ ਆਏ ਤੇ ਇਹਨਾਂ ਨੇ ਆਪਣੇ ਸਾਜ ਖੋਲੇ ਹਨ ਖਾਲਸਾ ਜੀਓ ਤੇ ਸਾਜ ਦੀ ਧੁਨੀ ਛੇੜੀ ਪਾਵਨ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ ਹੈ ਜੋ ਪਾਈ ਜਿਉਂ ਜਿਉਂ ਪੁਰ ਮੈਂ ਗੁਰਸਿੱਧ ਹੋਈ ਇੱਧਰ ਕੀਰਤਨ ਹੋ ਰਿਹਾ ਖਾਲਸਾ ਜੀ ਉਧਰ ਜਿਵੇਂ ਜਿਵੇਂ ਸ੍ਰੀ ਕਰਤਾਰਪੁਰ ਸਾਹਿਬ ਇਸ ਨਗਰ ਵਿੱਚ ਖਬਰ ਪਹੁੰਚੀ ਹੈ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਸ਼ਨ ਦੇਣ ਲਈ ਸਭਨਾਂ ਲਈ ਆਏ ਹਨ ਤਿਉਂ ਤਿਉਂ ਚੱਲੋ ਆਏ ਸਭ ਕੋਈ ਸਭ ਕੋਈ ਸਾਰੀਆਂ ਸੰਗਤਾਂ ਕੋਈ ਇਸਤਰੀ ਪੁਰਸ਼ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਸਾਰੇ ਗੁਰੂ ਕੇ ਪਿਆਰੇ ਦਰਸ਼ਨ ਕਰਨ ਲਈ ਆ ਰਹੇ ਹਨ ਅਰਪ ਅਪੂਰਨ ਸੀਸ ਨਿਵਾਵੇ ਸਾਰੀਆਂ ਸੰਗਤਾਂ ਆਪਣੀਆਂ ਪਿਟਾਵਾਂ ਅਰਪਣ ਕਰ ਕਰਕੇ ਮੱਥਾ ਟੇਕ ਟੇਕ ਕੇ ਆਨੰਦ ਪ੍ਰਾਪਤ ਕਰ ਰਹੇ ਹਨ ਦਰਸ਼ਨ ਕਰੇ ਮੋਦ ਪਜਾਵੇ ਜਿਹੜੇ ਜਿਹੜੇ ਦਰਸ਼ਨ ਕਰਦੇ ਖਾਲਸਾ ਜੀ ਉਹਨਾਂ ਤੇ ਮਹਾਰਾਜ ਦੀ ਮਿਹਰ ਭਰੀ ਨਿਗਾਹ ਹੋਈ ਹੈ ਮੇਰ ਭਰੀ ਨਿਗਾਹ ਕਰਕੇ ਸਭਨਾ ਦੇ ਮਨ ਵਿੱਚ ਆਨੰਦ ਆ ਰਿਹਾ ਹੈ ਕਿਰਪਾ ਦ੍ਰਿਸ਼ਟ ਤੇ ਦੇਖਣ ਕਰੇ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੇ ਜਿਹੜੇ ਵੀ ਆ ਕੇ ਮੱਥਾ ਟੇਕਦੇ ਨਤਮਸਤਕ ਹੁੰਦੇ ਆ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਭਰੇ ਨੇਤਰਾਂ ਨਾਲ ਜਿਨ੍ਹਾਂ ਜਿਨ੍ਹਾਂ ਵੱਲ ਮਹਾਰਾਜ ਨਿਗਾਹ ਕਰਦੇ ਉਹਨਾਂ ਸਭਨਾਂ ਨੂੰ ਨਿਹਾਲ ਨਿਹਾਲ ਕਰੀ ਜਾ ਰਹੇ ਹਨ ਸਭ ਕੀ ਮਨੋਕਾਮਨਾ ਪੂਰੇ ਸਭ ਦੀ ਮਨੋਕਾਮਨਾ ਮਹਾਰਾਜ ਪੂਰੀ ਕਰਦੇ ਜੋ ਵੀ ਕੋਈ ਮੰਗਦਾ ਮਹਾਰਾਜ ਪੁੱਤਰ ਦੇ ਦੇ ਲੈ ਭਾਈ ਇਹ ਵੀ ਲੈ ਜਾ ਮਹਾਰਾਜ ਘਰ ਵਿੱਚ ਗਰੀਬੀ ਬੜੀ ਹੈ ਲੈ ਭਾਈ ਤੂੰ ਵੀ ਖੁਸ਼ੀਆਂ ਲੈ ਜਾ ਇਸ ਤਰ੍ਹਾਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤ ਜੋ ਬੋਲਾ ਈਹਾ ਊਹਾ ਸੱਚ ਹੋਵੇ ਤੇ ਕਈ ਆਨੰਦ ਮੰਗਦੇ ਹਨ
ਮੁਕਤੀ ਦਾ ਦਾਨ ਮੰਗਦੇ ਹਨ ਤੇ ਉਹਨਾਂ ਦੇ ਖਾਲਸਾ ਜੀ ਉਹ ਵੀ ਮੁਰਾਦਾਂ ਪੂਰੀਆਂ ਹੋ ਰਹੀਆਂ ਹਨ। ਸੰਧਿਆ ਸੋਦਰ ਲੱਗਤੈ ਥਿਰੇ, ਸ਼ਾਮ ਤੱਕ ਸੋਦਰ ਦੀ ਚੌਂਕੀ ਦਾ ਕੀਰਤਨ ਹੁੰਦਾ ਰਿਹਾ ਤੇ ਮਹਾਰਾਜ ਉੱਥੇ ਵੀ ਸ਼ੋਭਿਤ ਹਨ। ਭੋਗ ਪਾਏ ਬੰਧਨ ਕੋ ਕਰੇ, ਸੋਦਰ ਦੀ ਚੌਂਕੀ ਦਾ ਭੋਗ ਪਾਇਆ ਗਿਆ ਤੇ ਸਭਨਾ ਨੇ ਮੱਥਾ ਟੇਕਿਆ ਹੈ। ਉੱਠ ਸਤ ਗੁਰ ਡੇਰੇ ਮੈਂ ਆਏ, ਅੰਤ ਮਹਾਰਾਜ ਜੀ ਉੱਠ ਕੇ ਆਪਣੇ ਟਿਕਾਣੇ ਤੇ ਆਏ ਹਨ। ਅਨੁਸਾਰ ਅਸਨ ਕੋ ਖਾਏ, ਮਹਾਰਾਜ ਜੀ ਨੇ ਆਪਣੀ ਰੁਚੀ ਅਨੁਸਾਰ ਲੰਗਰ ਪਾਣੀ ਛਕਿਆ ਹੈ। ਦਿਲ ਸੇਜ ਪਰ ਥਿਰੇ ਗੁਸਾਈ, ਬਹੁਤ ਕੋਮਲ ਸੇਜਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਸ ਕੋਮਲ ਸੇਜਾ ਤੇ ਮਹਾਰਾਜ ਜੀ ਆਪ ਬਿਰਾਜਮਾਨ ਹੋਏ ਹਨ। ਜਥਾ ਸੁਖ ਰਾਤ ਬਿਤਾਈ, ਕੁਛ ਘੜੀਆਂ ਮਹਾਰਾਜ ਜੀ ਨੇ ਸਰੀਰ ਕਰਕੇ ਆਰਾਮ ਕੀਤਾ ਹੈ, ਰਾਤ ਬਤੀਤ ਕੀਤੀ ਹੈ। ਰਹੀ ਜਾਮ ਜਾਮਨ ਦੇ ਘੜੀ, ਜਦੋਂ ਖਾਲਸਾ ਜੀ ਦੋ ਘੜੀਆਂ ਲਗਭਗ ਜਾਮ ਅੰਮ੍ਰਿਤ ਦਾ ਵੇਲਾ ਹੋਇਆ, ਜਿਹਨੂੰ ਕਹਿੰਦੇ ਜਾਮ ਇੱਕ ਪਹਿਰ ਤੇ ਦੋ ਘੜੀਆਂ ਹੋਰ, ਲਗਭਗ ਸਵਾ ਪਹਿਰ ਜਦੋਂ ਰਹਿ ਗਿਆ ਤੇ ਉਦੋਂ ਮਹਾਰਾਜ ਜੀ ਉੱਠੇ ਹਨ। ਉੱਠ ਕਰ ਸੋਚ ਸਰਬਈ ਕਰੀ, ਆਪਣੇ ਨੇਮ ਅਨੁਸਾਰ ਮਹਾਰਾਜ ਜੀ ਅੰਮ੍ਰਿਤ ਵੇਲੇ ਜਾਗੇ, ਜਾ ਕੇ ਸੋਚ ਦੀ ਕਿਰਿਆ ਕੀਤੀ ਹੈ, ਇਸ਼ਨਾਨ ਪਾਣੀ ਕਰਨ ਲਈ ਤਿਆਰ ਬਰ ਤਿਆਰ ਹੋਏ ਹਨ। ਸ਼੍ਰੀ ਅਰਜਨ ਇੱਕ ਕੂਪ ਬਣਾਏ, ਕਰਤਾਰਪੁਰ ਸਾਹਿਬ ਪਾਵਨ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬੜਾ ਸੋਹਣਾ ਖੂਹ ਬਣਵਾਇਆ ਸੀ। ਸ਼ੱਕਰ ਗੰਗ ਤੇ ਨਾਮ ਬਤਾਇਓ, ਨਾਮ ਸ਼ੱਕਰ ਗੰਗ ਹੈ ਖਾਲਸਾ ਜੀ। ਸ਼ੱਕਰ ਸ਼ੱਕਰ ਵਾਂਗ ਮਿੱਠਾ ਜਲ ਹੈ ਤੇ ਇਹ ਨਾਮ ਪ੍ਰਸਿੱਧ ਹੈ ਅੱਜ ਵੀ ਮਹਾਰਾਜ ਜੀ ਦੇ ਨਾਮ ਤੇ। ਇਹ ਪਾਵਨ ਖੂਹ ਹੈ ਤੇ ਇੱਥੇ ਮਹਾਰਾਜ ਜੀ ਨੇ ਇਸ਼ਨਾਨ ਗਏ ਤੇ ਸਥਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਲਈ ਉਸ ਖੂਹ ਤੇ ਗਏ ਹਨ। ਕਰ ਸੰਗ ਦਾਸ ਬੁੱਧੀਵਾਨ, ਬੁੱਧੀਵਾਨ ਤਤ ਵੇਤੇ ਮਹਾਂਪੁਰਸ਼ ਬਾਬਾ ਵਿਧੀ ਚਾਰੀਏ, ਭਾਈ ਜਾਤੀ ਮਲਕ ਆਦਿ ਗੁਰੂ ਕੇ ਪਿਆਰੇ ਇਹ ਵੀ ਨਾਲ ਹਨ। ਬੰਦਨ ਕਰ ਮੱਜਨ ਤੈ ਕੀਨ, ਖੂਹ ਨੂੰ ਮੱਥਾ ਟੇਕਿਆ ਅੱਖੋ ਸਤਨਾਮ। ਸ੍ਰੀ ਵਾਹ, ਤੁਸੀਂ ਸੋਚਦੇ ਹੋਣੇ ਖੂਹ ਨੂੰ ਕੀ ਮੱਥਾ ਟੇਕਿਆ ਮਹਾਰਾਜ, ਇਹ ਤਾਂ ਜੜ ਹੈ। ਨਹੀਂ, ਜਿੱਥਾ ਜਾਏ ਬਹਿ ਮੇਰਾ ਸਤਿਗੁਰੂ, ਸੋਥਾਨ ਸੁਹਾਵਾ ਰਾਮ ਰਾਜੇ, ਉਹ ਦਿਵ ਦ੍ਰਿਸ਼ਟੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਪਏ, ਮਹਾਰਾਜ ਦੇ ਬਚਨਾ ਕਰਕੇ ਖੂਨ ਲੱਗਿਆ ਹੈ। ਇਹਦਾ ਜਲ ਅੰਮ੍ਰਿਤ ਵਾਂਗ ਮਿੱਠਾ ਹੈ। ਉਹ ਗੁਰੂ ਨੂੰ ਮਹਾਰਾਜ ਜੀ ਨੇ ਯਾਦ ਕੀਤਾ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦਾ ਪਾਵਨ ਸਰੂਪ ਅੱਖਾਂ ਸਾਹਮਣੇ ਆਇਆ ਤੇ ਉਸ ਸਰੂਪ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਖਾਲਸਾ ਜੀ, ਜਿਹੜਾ ਪਾਵਨ ਸਰੂਪ ਨੇਤਰਾ ਸਾਹਮਣੇ ਆਇਆ ਨਾ, ਅੰਦਰੋਂ ਦਰਸ਼ਨ ਹੋ ਰਹੇ
ਉਸ ਰੂਪ ਨੂੰ ਮਹਾਰਾਜੀ ਨੇ ਮੱਥਾ ਟੇਕਿਆ ਹੈ। ਬੈਠੇ ਤਰ ਕੈ ਧਿਆਨ ਪ੍ਰਵੀਨ, ਇਸ਼ਨਾਨ ਕੀਤਾ ਮਹਾਰਾਜ ਨੇ, ਫਿਰ ਮਹਾਰਾਜੀ ਉੱਥੇ ਹੀ ਧਿਆਨ ਧਾਰਨ ਕਰਕੇ ਬੈਠ ਗਏ ਹਨ। ਨਿਜ ਸਰੂਪ ਕੋ ਚਿਤਵਨ ਕਰਤੇ, ਆਪਣਾ ਸਰੂਪ ਹੈ ਹਰ ਗੁਰੂ ਕੇ ਪਿਆਰੇ ਦਾ ਤੇ ਪ੍ਰਮਾਤਮਾ ਦਾ ਵੀ। ਖਾਲਸਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਰਮਾਤਮ ਸਰੂਪ ਵਿਖੇ ਲੀਨ ਹੋਏ ਹਨ। ਬਹੁਰ ਗੁਰੂ ਬਾਣੀ ਕੋ ਰਰਤੇ, ਫਿਰ ਮਹਾਰਾਜ ਬਾਣੀ ਦਾ ਜਾਪ ਕਰਨ ਲੱਗੇ, ਜੋ ਨੇਮ ਅਨੁਸਾਰ ਜਪਜੀ ਸਾਹਿਬ ਦਾ ਪਾਠ ਹੈ ਤੇ ਹੋਰ ਮਹਾਰਾਜ ਜੀ ਕਿਹੜਾ ਪਾਠ ਕਰਦੇ ਹਨ ਇਹ ਸਰਵਣ ਕਰੀਏ ਜੀ। ਆਦ ਸੁਖਮਨੀ ਉੱਚੇ ਸੁਰ ਤੇ, ਸੁਖਮਨੀ ਸਾਹਿਬ ਉੱਚੀ ਸੁਰ ਨਾਲ ਜਾਪ ਕਰਦੇ। ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾ, ਭਗਤ ਬਿਨਾ ਕੈ ਮਨ ਬਿਸਰਾਮ, ਐਸੀ ਅੰਮ੍ਰਿਤਮਈ ਬਾਣੀ ਆਨੰਦਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਮਹਾਰਾਜ ਜਾਪ ਉੱਚੀ ਸੁਰ ਨਾਲ ਕਰਦੇ ਤੇ ਆਪ ਵੀ ਆਨੰਦ ਆਵੇ। ਸਿਮਰ 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 ਸੁਖ ਪਾਵੋ, ਕਲ ਕਲੇ ਸਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਪਰੇ ਕੈ, ਨਾਮ ਜਪਤ ਅਗਨਤ ਅਨੇਕ। ਇਸ ਤਰ੍ਹਾਂ ਮਹਾਰਾਜ ਹੋਰ ਉੱਚੀ ਸੁਰ ਨਾਲ ਆਪਣੇ ਆਨੰਦ ਵਿੱਚ ਲੀਨ ਹੋ ਕੇ ਸ੍ਰੀ ਸੁਖਮਨੀ ਸਾਹਿਬ ਜਪਜੀ ਸਾਹਿਬ ਆਦਿ ਬਾਣੀਆਂ ਦਾ ਜਾਪ ਕਰ ਰਹੇ ਹਨ। ਭਰਤ ਪਾਠ ਕੋ ਪ੍ਰੀਤੀ ਉਰਤੇ, ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਇਹ ਐਵੇਂ ਮਹਾਰਾਜ ਫਟਾਫਟ ਨਿਬੇੜ ਨਹੀਂ ਰਹੇ ਕਿ ਨਿਬੜ ਜਾਵੇ ਫਟਾਫਟ ਪਾਠ, ਨਹੀਂ, ਬਹੁਤ ਪ੍ਰੇਮ ਨਾਲ ਮਹਾਰਾਜ ਆਨੰਦ ਪ੍ਰਾਪਤ ਆਪ ਦਾ ਲੀਨ ਹਨ ਆਨੰਦ ਵਿੱਚ, ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਆਨੰਦ ਦੇ ਰਹੇ ਹਨ। ਸਿੱਖਣ ਕੇ ਉਦਾਹਰਨ ਕਾਰਨ, ਜਿਹੜਾ ਇਹ ਬਾਲ ਸੁਣ ਰਿਹਾ ਹੈ ਉਹਦਾ ਵੀ ਭਲਾ ਹੋ ਜਾਵੇ, ਇਸ ਕਰਕੇ ਮਹਾਰਾਜ ਉੱਚੀ ਸੁਰ ਨਾਲ ਬੜੇ ਪ੍ਰੇਮ ਨਾਲ ਸਹਿਜ ਅਵਸਥਾ ਵਿੱਚ ਆ ਕੇ ਸੁਖਮਨੀ ਸਾਹਿਬ ਦਾ ਜਾਪ ਕਰ ਰਹੇ ਹਨ। ਮਰੇ ਰੀਤ ਇਮ ਕਰੇ ਉਚਾਰਨ, ਮਹਾਰਾਜ ਇਸ ਰੀਤੀ ਪੈ ਜਾਵੇ ਕਿ ਗੁਰੂ ਕੇ ਪਿਆਰੇ ਅੰਮ੍ਰਿਤ ਵੇਲੇ ਦਾ ਜਾਪ ਜ਼ਰੂਰ ਕਰਨਾ। ਜਪਜੀ ਸਾਹਿਬ ਸੁਖਮਨੀ ਸਾਹਿਬ ਉਦੋਂ ਇਹੀ ਹੁੰਦਾ ਸੀ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਖਾਲਸੇ ਪੰਥ ਦੀ ਮਰਿਆਦਾ ਬਣੀ ਤੇ ਪੰਜ ਬਣ ਦਾ ਨਿਤਨੇਮ ਰੋਜ ਹੋਣ ਲੱਗਾ। ਖਾਲਸਾ ਜੀ, ਜਦੋਂ ਖਾਲਸਾ ਸਾਜਿਆ ਗਿਆ ਨਾ ਤੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਬੀ ਸਾਹਿਬ, ਅਨੰਦ ਸਾਹਿਬ ਤੇ ਹੋਰ ਸੁਖਮਨੀ ਸਾਹਿਬ, ਦੱਖਣੀ ਓਂਕਾਰ, ਬਾਵਨ ਅੱਖਰੀ, ਸਿੱਧ ਗੋਸ਼ਟ ਆਦਿਕ ਬਾਣੀ ਦਾ ਜਾਪ ਗੁਰੂ ਕੇ ਪਿਆਰੇ ਕਰਦੇ ਸਨ। ਪੰਜ ਗ੍ਰੰਥੀ, ਦਸ ਗ੍ਰੰਥੀ, ਹੋਰ ਗੁਰੂ ਕੀ ਬਾਣੀਆਂ, ਬਾਈ ਵਾਰਾਂ ਭਗਤ ਬਾਣੀ ਦਾ ਜਾਪ ਸਾਰਾ ਦਿਨ ਕਰਦੇ ਹੀ ਰਹਿਣਾ ਤੇ ਇਹ ਮਰਿਆਦਾ ਬੰਨੀ ਮਹਾਰਾਜ ਨੇ ਤੇ ਘੱਟੋ ਘੱਟ ਇਹਦਾ ਪਾਠ ਤਾਂ ਕਰੋ। ਜਪਜੀ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਤਾਂ ਕਰੀਏ ਤੇ ਮਹਾਰਾਜ ਜੀ ਨੇ ਇਹ ਮਰਿਆਦਾ ਵੀ ਬੰਨੀ ਹੈ। ਬੈਠੇ ਪ੍ਰਾਤੀ ਹੋ ਗਈ, ਉੱਥੇ ਮਹਾਰਾਜ ਜੀ ਪਾਠ ਕਰਦੇ ਕਰਦੇ ਸਤਿਗੁਰ ਮਹਾਰਾਜ ਆਨੰਦ ਵਿੱਚ ਲੀਨ
ਤੇ ਇਸ ਤਰ੍ਹਾਂ ਜਾਪ ਕਰਦੇ ਹੋਏ ਦਿਲ ਚੜ ਗਿਆ ਹੈ। ਦਸੋਂ ਦਿਸ਼ ਪ੍ਰਕਾਸ਼ ਜੁੱਤ ਪਈ, ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਫੈਲ ਗਿਆ ਹੈ। ਆਏ ਰਬਾਬੀ ਚੋਂ ਕੀਲ, ਉਸ ਵੇਲੇ ਰਬਾਬੀ ਸਿੱਖਾਂ ਨੇ ਆ ਕੇ ਆਸਾ ਦੀ ਵਾਰ ਦੀ ਚੌਂਕੀ ਦਾ ਕੀਰਤਨ ਕੀਤਾ ਹੈ। ਗਾਏ ਬਿਲਾਵਲ ਰਾਗ ਪ੍ਰਬੀਨ, ਉਪਰੰਤ ਬਿਲਾਵਲ ਰਾਗ ਦੀ ਚੌਂਕੀ ਦਾ ਕੀਰਤਨ ਕੀਤਾ ਗਿਆ। ਤਕ ਦੇਰ ਲੋ ਲੱਗੇ ਦੀਵਾਨ, ਕੁਛ ਦੇਰ ਤੱਕ ਇਸ ਤਰ੍ਹਾਂ ਦੀਵਾਨ ਸਜਿਆ ਰਿਹਾ ਮਹਾਰਾਜ ਜੀ ਦਾ। ਪਰੇ ਸ਼ਬਦ ਕੋ ਭੋਗ ਸੁਜਾਨ, ਗੁਰਬਾਣੀ ਦੇ ਕੀਰਤਨ ਦਾ ਭੋਗ ਪਾਇਆ ਗਿਆ, ਭਾਵ ਸਮਾਪਤੀ ਕੀਤੀ ਗਈ। ਆਏ ਲਾਂਗਰੀ ਤਿਰੇ ਅਗਾਰੇ, ਲਗਭਗ 8 ਵਜੇ ਦਾ ਸਮਾਂ ਹੈ ਤੇ ਲਾਂਗਰੀ ਜੀ ਸਾਹਮਣੇ ਆ ਗਏ। ਲਾਂਗਰੀ ਸਿੱਖ ਕਹਿਣ ਲਗਾ, ਮਹਾਰਾਜ ਲੰਗਰ ਪਾਣੀ ਤਿਆਰ ਹੈ। ਮਹਾਰਾਜ ਹੈ ਤਿਆਰ ਆਹਾਰੇ, ਸਤਿਗੁਰ ਜੀ ਗੁਰੂ ਗੋਬਿੰਦ ਨਿਵਾਜ ਮਹਾਰਾਜ ਜੀ, ਸਤਿਗੁਰ ਜੀ ਆਹਾਰ ਤਿਆਰ ਹੈ, ਲੰਗਰ ਤਿਆਰ ਹੈ। ਕਹੋ ਆਨ ਸੋ ਤਤ ਛਿਨ ਖਾਏ, ਲਿਆਓ ਭਾਈ ਲੰਗਰ ਲਈ ਤਾਂ ਕੋਈ ਦੇਰੀ ਹੋਣੀ ਚਾਹੀਦੀ ਜੀ। ਇਹ ਭੁੱਖੇ ਭਗਤ ਨਾ ਕੀਜਾ, ਇਹ ਮਾਲਾ ਆਪਣੀ ਲੀਜਾ, ਲਿਆਓ ਭਾਈ ਲੰਗਰ ਲਿਆਓ। ਤੇ ਲਾਂਗਰੀ ਸਿੱਖ ਲੰਗਰ ਲੈ ਕੇ ਆਏ, ਮਹਾਰਾਜ ਨੇ ਉਸ ਵੇਲੇ ਪ੍ਰਸ਼ਾਦਾ ਛਕਿਆ ਹੈ। ਇਤਨੇ ਮੈਂ ਇੱਕ ਸਿੱਖ ਚੱਲ ਆਏ, ਮਹਾਰਾਜ ਲੰਗਰ ਛੱਕ ਕੇ ਹਟੇ ਸਨ ਤੇ ਇਤਨੀ ਦੇਰ ਵਿੱਚ ਇਹ ਗੁਰੂ ਕਾ ਪਿਆਰਾ ਆ ਗਿਆ। ਸੁਣੀਏ ਗੁਰੂ ਗਰੀਬ ਨਿਵਾਜ, ਬੇਨਤੀ ਕੀਤੀ ਮਹਾਰਾਜ ਜੀ, ਐ ਗੁਰੂ ਗਰੀਬਾਜ ਮਹਾਰਾਜ ਦੇਨਾ ਬੰਦੇ, ਸਾਡੀ ਬੇਨਤੀ ਸਰਵਣ ਕਰੋ ਜੀ। ਸੰਤ ਤੇਨ ਰੱਖਿਆ ਤੁਮ ਕਾਜ, ਸਤਿਗੁਰ ਜੀ ਸੰਤਾਂ ਦੀ, ਗਰੀਬਾਂ ਦੀ, ਗਾਂ ਦੀ, ਜੋ ਵੀ ਕੋਈ ਬੇਜਵਾਨ ਜੀਵ ਹੈ ਜਿਹੜਾ ਮਹਾਰਾਜ ਆਪਣੀ ਰੱਖਿਆ ਨਹੀਂ ਕਰ ਸਕਦਾ, ਉਹਦੀ ਰੱਖਿਆ ਤੁਸੀਂ ਕਰਨ ਵਾਲੇ ਹੋ। ਇਸ ਥਲ ਤੇ ਕੇ ਹਰ ਇੱਕ ਨੇੜੇ, ਮਹਾਰਾਜ ਜੀ ਇਸ ਥਾਂ ਦੇ ਨੇੜੇ ਹੀ ਇੱਕ ਬੜਾ ਭਿਆਨਕ ਸ਼ੇਰ ਹੈ। ਮਾਰਤ ਹੈ ਨਿਤ ਜੀਵਤ ਨੇੜੇ, ਰੋਜ਼ ਹੀ ਮਹਾਰਾਜ ਉਹ ਜੀਵਨ ਨੂੰ ਮਾਰਦਾ ਹੈ। ਇਹ ਕਰਤਾਰਪੁਰ ਸਾਹਿਬ ਦਾ ਇਲਾਕਾ ਮਹਾਰਾਜ, ਜੰਗਲ ਦਾ ਇਲਾਕਾ ਹੈ, ਬੜਾ ਭਿਆਨਕ ਸ਼ੇਰ ਹੈ ਸਤਿਗੁਰ ਜੀ, ਰੋਜ਼ ਹੀ ਸਾਡੇ ਜੀਵਾਂ ਨੂੰ ਮਾਰਦਾ ਹੈ। ਮੈਂ ਕੀ ਗਊ ਸਮੂ ਨਿਕੇਤ, ਸਤਿਗੁਰ ਜੀ ਜਦੋਂ ਮੈਂ ਘਰ ਤੋਂ ਕੋਈ ਡੰਗਰ ਲੈ ਕੇ ਤੁਰਦਾ ਹਾਂ ਨਾ, ਗਾਵਾਂ ਮੱਝਾਂ ਲੈ ਕੇ ਤੁਰਦਾ ਹਾਂ, ਪ੍ਰਾਤ ਮੈਂ ਚਾਰਨ ਹੇਤ, ਅੱਜ ਸਵੇਰ ਦਾ ਸਮਾਂ ਹੈ ਸਤਿਗੁਰ ਜੀ, ਜਦੋਂ ਮੈਂ ਆਪਣੇ ਘਰ ਤੋਂ ਗਾਵਾਂ ਮੱਝਾਂ ਲੈ ਕੇ ਘਰ ਤੋਂ ਤੁਰਿਆ ਸੀ ਨਾ ਆਪਣੇ ਖੇਤਾਂ ਵੱਲ, ਦੋ ਤਨ ਬਿਖੇ ਆਨ ਸੋ ਪਰੇ, ਉੱਥੇ ਮੇਰੀਆਂ ਗਾਵਾਂ ਮੱਝਾਂ ਚਰਦੀਆਂ ਪਈਆਂ ਸਨ ਤੇ ਉਸ ਸ਼ੇਰ ਨੇ ਉਸੇ ਵੇਲੇ ਉਹਨਾਂ ਗਾਵਾਂ ਮੱਝਾਂ ਤੇ ਹਮਲਾ ਕੀਤਾ। ਮਾਰ ਕਿਤਕ ਕੋ ਘਾਇਲ ਕਰੇ, ਕਈਆਂ ਨੂੰ ਮਾਰ ਕੇ ਖਾ ਗਿਆ, ਕਈਆਂ ਨੂੰ ਘਾਇਲ ਕਰ ਗਿਆ। ਮੈਂ ਤਤ ਸ਼ਰਨ ਆਪ ਕੀ ਆਏ, ਕਰਕੇ ਮਾਰ ਮੈਂ ਦੌੜਿਆ ਦੌੜਿਆ ਹੁਣੇ ਤੁਹਾਡੇ ਕੋਲ ਆਇਆ। ਅੱਜ ਦਾ ਸਮਾਂ ਹੀ ਹੈ ਮਹਾਰਾਜ, ਅੱਜ ਦਾ 8-9 ਵਜੇ ਹਨ। ਸਤਿਗੁਰੂ ਜੀ ਅੱਜ ਮੈਂ ਸਵੇਰੇ ਸਵੇਰੇ ਗਿਆ, ਇਹ ਭਿਆਨਕ ਸ਼ੇਰ ਵੇਖਿਆ,
ਉਹਨੇ ਮੇਰੀਆਂ ਕਈ ਗਾਵਾਂ ਮਾਰ ਛੱਡੀਆਂ, ਕਈ ਮੱਝਾਂ ਮਾਰ ਛੱਡੀਆਂ ਤੇ ਕਈ ਜ਼ਖਮੀ ਕਰ ਦਿੱਤੀਆਂ। ਸਤਿਗੁਰੂ ਜੀ ਮੈਂ ਤਾਂ ਡਰ ਗਿਆ ਤੇ ਮੈਂ ਦੌੜ ਕੇ ਆਪ ਜੀ ਕੋਲ ਆਇਆ ਹਾਂ। ਨਿਰਭੈ ਕਰੋ ਦੋ ਤ੍ਰਾਸ ਮਿਟਾਓ। ਸਤਿਗੁਰੂ ਜੀ ਹੁਣ ਤੁਸੀਂ ਕਿਰਪਾ ਕਰੋ ਸਾਡੇ ਵਸ ਨਹੀਂ ਸ਼ੇਰ ਨੂੰ ਮਾਰਨਾ, ਤੁਸੀਂ ਸਾਨੂੰ ਮਹਾਰਾਜ ਡਰ ਤੋਂ ਨਿਰਭੈ ਕਰ ਦੋ ਤੇ ਸ਼ੇਰ ਨੂੰ ਮਾਰੋ ਜੀ। ਨਾਹੇ ਤਬਨ ਮੈਂ ਪਾਸ ਕਨੇਰੇ। ਸਤਿਗੁਰੂ ਜੀ ਇਹਨਾਂ ਜੰਗਲਾਂ ਵਿੱਚ ਘਾਹ ਬਹੁਤ ਜ਼ਿਆਦਾ ਹੈ, ਅੰਬ ਡਰ ਜਾਏ ਨਹੀਂ ਕੋ ਨੇਰੇ। ਘਾਹ ਦਾ ਬਹੁਤ ਜ਼ਿਆਦਾ ਹੈ ਪਰ ਡਰ ਕਰਕੇ ਕੋਈ ਬੰਦਾ ਕੋਈ ਜਾਨਵਰ ਘਾਹ ਦੇ ਨੇੜੇ ਜਾਵੇਗਾ ਹੀ ਨਹੀਂ। ਦੇ ਅੱਗੇ ਭਿਆਨਕ ਸ਼ੇਰ ਹੈ, ਸ਼ੇਰ ਤੋਂ ਡਰਦੇ ਮਾਰੇ ਕੋਈ ਵੀ ਮਹਾਰਾਜ ਜੀ ਘਾਹ ਵੱਲ ਨਹੀਂ ਜਾਵੇਗਾ। ਸੁਣ ਸਤਿਗੁਰ ਤੈ ਧੀਰਜ ਦੀਨਾ। ਸਿੱਖ ਨੇ ਬੇਨਤੀ ਕੀਤੀ ਨਾ ਤੇ ਮਹਾਰਾਜ ਸੁਣ ਕੇ ਕਹਿਣ ਲੱਗੇ ਭਾਈ ਠੰਡ ਰੱਖ, ਐਵੇਂ ਕਾਹਲਾ ਕਿਉਂ ਪੈਂਦਾ, ਠੰਡੇ ਸਾਹ ਲੈ, ਐਵੇਂ ਸਾਹ ਹੋਕੇ ਹੋਕੇ ਵੱਡੇ ਸਾਹ ਨਾ ਲੈ, ਫਿਕਰ ਨਾ ਕਰ, ਹੌਸਲਾ ਰੱਖ। ਦਾਸ ਸੰਗ ਐਸੇ ਬਚ ਕੀ ਨਾ। ਮਹਾਰਾਜ ਨੇ ਆਪਣੇ ਪਿਆਰਿਆਂ ਨੂੰ ਇਸ ਤਰ੍ਹਾਂ ਬਚਨ ਕੀਤੇ ਹਨ। ਤੂਰਨ ਆਨ ਤੁਰੰਗ ਹਮਾਰਾ। ਭਾਈ ਗੁਰੂ ਕੇ ਪਿਆਰੇ ਸਾਡਾ ਘੋੜਾ ਲੈ ਕੇ ਆ, ਛੇਤੀ ਆਈ, ਦੇਰੀ ਨਾ ਕਰੀ ਸੀ, ਹੁਣੇ ਹੀ ਜਾਣਾ ਹੈ। ਉਹਨਾਂ ਹੁਕਮ ਕੋ ਜੀਨ ਸੁਧਾਰਾ। ਗੁਰੂ ਕੇ ਪਿਆਰੇ ਨੇ ਸੇਵਾਦਾਰ ਨੇ ਉਸੇ ਵੇਲੇ ਹੁਕਮ ਸੁਣਦੇ ਸਾਰ ਘੋੜੇ ਤੇ ਕਾਠੀ ਪਾਈ ਹੈ। ਪੈਂਦਾ ਵਿਦਿਆ ਆਦ ਜੇ ਸੂਰ। ਖਾਲਸਾ ਜੀ ਹੋਰ ਕਈ ਗੁਰੂ ਕੇ ਪਿਆਰੇ ਪੈਂਦੇ ਖਾਂ ਬਿਜੀ ਚੰਦ ਆਦਿਕ ਜਿਹੜੇ ਸੂਰ ਮੇ ਹਨ। ਪਿਆਰ ਤੁਰਤ ਲੱਕ ਚੜੇ ਹਜੂਰ। ਪਿਆਰ ਬਰ ਤਿਆਰ ਬੈਠੇ ਸਨ, ਜਦੋਂ ਉਹਨਾਂ ਨੇ ਵੇਖਿਆ ਕਿ ਮਹਾਰਾਜ ਤਿਆਰ ਬਰ ਤਿਆਰ ਹੋ ਗਏ, ਘੋੜੇ ਦੇ ਸਵਾਰ ਹੋਏ ਹਨ ਤੇ ਪੈਂਦੇ ਖਾਂ ਬਿਜੀ ਚੰਦ ਆਦਿਕ ਸੂਰਮੇ ਇਹ ਵੀ ਤਿਆਰ ਬਰ ਤਿਆਰ ਹੋਏ ਹਨ। ਤਿਆਰ ਨਹੀਂ ਅਜੇ ਤਿਆਰ ਨਹੀਂ ਹੋਏ ਤੇ ਉਸ ਵੇਲੇ ਹੀ ਝਟਪਟ ਹੀ ਸਭ ਤਿਆਰ ਹੋ ਗਏ। ਸਤਿਗੁਰ ਪਏ ਤੁਰਤੇ ਅਸਵਾਰ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਲਾਕੀ ਮਾਰੀ, ਆਪਣੇ ਘੋੜੇ ਤੇ ਸਵਾਰ ਹੋਏ ਹਨ। ਵੰਗ ਸੁਪੱਟ ਇੱਕ ਸੋ ਚੜ ਲੇ। ਦੋ ਸੂਰਮੇ ਨਾਲ ਲੈ ਕੇ ਮਹਾਰਾਜ ਤਿਆਰ ਬਰ ਤਿਆਰ ਯੋਧੇ ਨਾਲ ਲੈ ਕੇ ਸੋ ਯੋਧੇ ਲੈ ਕੇ ਮਹਾਰਾਜ ਜੰਗਲ ਵੱਲ ਜਾ ਰਹੇ ਹਨ। ਆਗੇ ਕਰ ਸਿੱਖ ਗਮਨੇ ਨਾਲੇ। ਜਿਹੜਾ ਸਿੱਖ ਖਬਰ ਲੈ ਕੇ ਆਇਆ ਸੀ ਨਾ, ਉਹਨੂੰ ਮਹਾਰਾਜ ਨੇ ਆਖਿਆ ਚੱਲ ਭਾਈ ਤੂੰ ਅੱਗੇ ਤੁਰ, ਦੱਸ ਕਿੱਧਰ ਸ਼ੇਰ ਹੈ। ਉਹ ਡਰਦਾ ਮਹਾਰਾਜ ਅੱਗੇ ਨਾ ਜਾਵੇ ਕਿ ਮੈਨੂੰ ਨਾ ਸ਼ੇਰ ਖਾ ਲਵੇ। ਸਤਿਗੁਰ ਨੇ ਕਿਹਾ ਫਿਕਰ ਨਾ ਕਰ, ਅੱਗੇ ਤੁਰ। ਉਹਨੂੰ ਅੱਗੇ ਤੋਰਿਆ ਮਹਾਰਾਜ ਜੀ ਨੇ। ਜੇ ਦੇਖੋ ਸੋ ਥਾਨ ਦਿਖਾਵਾ। ਜਿਹਨੇ ਇਹਨੇ ਦੇਖਿਆ ਸੀ ਨਾ ਵੀ ਇਸ ਪਾਸੇ ਸ਼ੇਰ ਹੈ, ਕਹਿਣ ਲੱਗਾ ਮਹਾਰਾਜ ਇਸ ਪਾਸੇ ਮੈਂ ਸ਼ੇਰ ਵੇਖਿਆ ਸੀ। ਆਏ ਪਰਵੇਸ਼ੇ ਬਨ ਕੇ ਥਾਵਾ। ਜੰਗਲ ਦਾ ਇਲਾਕਾ ਹੈ, ਘਮਾਸਾਨ ਜੰਗਲ ਹੈ, ਮਹਾਰਾਜ ਜੀ ਨੇ ਉਸ ਪਾਸੇ ਪ੍ਰਵੇਸ਼ ਕੀਤਾ ਹੈ। ਆਨਨ ਗਾਡੋ ਬਹੁਤ ਬਿਲੋਕਾ। ਬੜੇ ਭਿਆਨਕ ਜੰਗਲ ਖਾਲਸਾ ਜੀ,
ਜਿੱਥੇ ਘੋੜਾ ਵੀ ਨਾ ਵੜੇ ਅੰਦਰ, ਇਤਨੇ ਭਿਆਨਕ ਜੰਗਲ ਤੇ ਮਹਾਰਾਜ ਜੀ ਉਧਰ ਚਲੇ ਗਏ। ਗਮਨ ਆਪੋ ਮਗ ਰੋਕਾ, ਖਾਲਸਾ ਜੀ ਘੋੜੇ ਵੀ ਨੀ ਅੱਗੇ ਜਾ ਸਕਦੇ, ਇਤਨੀ ਝਾੜੀਆਂ ਘਮਾਸਾਨ ਬੁੰਝਲ ਪਿਆ ਹੋਇਆ, ਜਿੱਥੇ ਘੋੜੇ ਵੀ ਨੀ ਅੱਗੇ ਜਾ ਸਕਦੇ, ਤੇ ਉੱਥੇ ਮਹਾਰਾਜ ਨੇ ਆਪਣੇ ਘੋੜਾ ਰੋਕਿਆ ਹੈ। ਐ ਸਿੱਖ ਨੇ ਸੋ ਥਾਨ ਬਤਾਏ, ਸਿੱਖ ਕਹਿਣ ਲੱਗਾ ਮਹਾਰਾਜ ਇਹੀ ਜਗ੍ਹਾ ਸੀ, ਇੱਥੇ ਹੀ ਮੈਂ ਸ਼ੇਰ ਵੇਖਿਆ ਸੀ। ਹਰ ਤਾਂ ਨਜ਼ਰ ਨੇ ਆਏ, ਉਸ ਵੇਲੇ ਸਤਿਗੁਰ ਜੀ ਇਹ ਸ਼ੇਰ ਨਜ਼ਰ ਨਹੀਂ ਆ ਰਿਹਾ। ਗੁਰ ਲਾਗੇ ਤੇ ਕਰਨ ਅਖੇਰੇ, ਉੱਥੇ ਮਹਾਰਾਜ ਜੀ ਸ਼ਿਕਾਰ ਖੇਡਣ ਲੱਗੇ। ਹੋਰ ਕੀ ਚਾਹੀਦਾ ਸੀ ਮਹਾਰਾਜ ਨੂੰ, ਘਣਾ ਜੰਗਲ ਹੈ ਚਲੋ ਸ਼ਿਕਾਰ ਹੀ ਖੇਡੀਏ। ਜਦ ਤੱਕ ਸ਼ੇਰ ਨਹੀਂ ਬਾਹਰ ਆਉਂਦਾ, ਉਸ ਸਮੇਂ ਤੱਕ ਆਪਣਾ ਮਨ ਬਹਿਲਾਂਦਾ ਕਾਰਜ ਕਰ ਲਈਏ। ਕਰ ਸਸੇ ਮ੍ਰਿਗਾਨ ਕਨੇਰੇ, ਜੰਗਲੀ ਸੂਰ ਸਸੇ ਆਦਿਕ ਮਿਰਗ ਆਦਿਕ ਕਈਆਂ ਦਾ ਸ਼ਿਕਾਰ ਕੀਤਾ ਹੈ। ਸਭ ਸੋ ਕਹੋ ਖੋਜੀ ਐ ਸ਼ੇਰ, ਮਹਾਰਾਜ ਸਾਰੇ ਸਿੱਖਾਂ ਨੂੰ ਕਹਿਣ ਲੱਗੇ ਪੈਂਦੇ ਖਾਂ ਜੀ, ਬਿਧੀ ਚੰਦ ਜੀ ਤਿਆਰ ਬਰ ਤਿਆਰ ਹੋਵੋ, ਲੱਭੋ ਸ਼ੇਰ ਨੂੰ। ਉਹ ਸ਼ੇਰ ਲੱਭਣ ਆਏ ਅਸੀਂ ਸ਼ਿਕਾਰ ਖੇਡਣ ਹੋਰ ਨਹੀਂ ਆਏ, ਇਹ ਤਾਂ ਬਹਾਨਾ ਸ਼ੇਰ ਦਾ ਸੀ, ਸ਼ੇਰ ਦੀ ਭਾਲ ਕਰੋ। ਇੱਟ ਫਿਰ ਕਰ ਲਈ ਜਹਿਰ, ਧਾਤੀ ਮਾਰੋ ਇੱਧਰ ਉੱਧਰ, ਦੇਖੋ ਸ਼ੇਰ ਕਿੱਧਰ ਹੈ। ਆਮਿਖ ਖਾਏ ਤ੍ਰਿਪਤ ਹੋਏ ਪਰਿਓ, ਰਜਿਆ ਸ਼ੇਰ ਹੋਵੇ ਨਾ ਉਹ ਸੋ ਜਾਂਦਾ ਹੈ, ਉਹਨੂੰ ਕੀ ਚਾਹੀਦਾ, ਪੇਟ ਭਰ ਗਿਆ ਸੋਣਾ ਹੀ ਹੈ। ਤੇ ਸ਼ੇਰ ਰੱਜ ਗਿਆ ਹੋਣਾ ਮਾਸ ਖਾ ਕੇ, ਇਸ ਕਰ ਕਿੱਥੇ ਪਿਆ ਹੋਣਾ। ਮੈਂ ਗਮ ਨੀ ਹੋ ਕਿਤ ਉਧਰ ਜੇ ਪਰੇ, ਉਹਦਾ ਪੇਟ ਭਰਿਆ ਹੋਇਆ ਤੇ ਇੱਥੋਂ ਅੱਗੇ ਨੀ ਗਿਆ ਹੋਣਾ। ਅਜੇ ਸਵੇਰ ਦੀ ਘਟਨਾ ਹੈ, ਉਹਨੇ ਸਵੇਰ ਹੀ ਮਾਸ ਖਾਧਾ ਹੈ, ਤੇ ਮਾਸ ਖਾ ਕੇ ਸੁੱਥੋ ਗਿਆ ਹੋਣਾ ਕਿਸੇ ਥਾਂ ਤੇ। ਤੁਸੀਂ ਫਿਕਰ ਨਾ ਕਰੋ, ਅੱਗੇ ਨੀ ਗਿਆ ਹੋਣਾ, ਉਹਦੀ ਭਾਲ ਕਰੇ। ਸੁਪਤ ਹੋਏ ਕਿਸ ਝਾੜ ਮਝਾਰ, ਬਿਧੀ ਚੰਦ ਜੀ ਕਿਸੇ ਝਾੜੀ ਵੀ ਸੁੱਤਾ ਹੋਣਾ ਇਹ ਮਾਸ ਖਾ ਕੇ। ਕਰੋ ਤੁਫੰਗਨ ਕੋ ਕੜਕਾਰ, ਕੜਕਦੀਆਂ ਗੋਲੀਆਂ ਚਲਾਓ, ਆਪਣੇ ਤੁਫੰਗਾਂ ਦਾ ਵਾਰ ਕਰੋ, ਬੰਦੂਕਾਂ ਦਾ ਵਾਰ ਕਰੋ, ਤੇ ਸ਼ੋਕ ਦੀਆਂ ਗੋਲੀਆਂ ਚਲਾਓ। ਉੱਤੇ ਗਨ ਤੁਪਕ ਚਲਾਈ, ਕੋਈ ਇੱਧਰੋਂ ਗੁਰੂ ਕੇ ਸਿੱਖਾਂ ਨੇ ਬੰਦੂਕਾਂ ਚਲਾਈਆਂ, ਕੁਝ ਇੱਧਰੋਂ ਚਲਾਈਆਂ, ਤੇ ਥਾਂ ਥਾਂ ਜਦੋਂ ਗੋਲੀਆਂ ਚਲਾਈਆਂ ਗੁਰੂ ਕੇ ਸਿੱਖਾਂ ਨੇ। ਲਾਗੇ ਸ਼ੇਰ ਲੀਨ ਅੰਗਰਾਈ, ਜਦੋਂ ਸ਼ੇਰ ਨੇ ਵਾਰ ਸੁਣੀ ਕਿ ਮੇਰਾ ਇਲਾਕਾ, ਮੈਂ ਸ਼ੇਰ ਜੰਗਲ ਦਾ ਰਾਜਾ, ਇੱਥੇ ਕਿਹੜਾ ਕੋਈ ਆ ਰਿਹਾ ਗਿੱਦੜ, ਤੇ ਸ਼ੇਰ ਭੜਕ ਕੇ ਬਾਹਰ ਆਇਆ, ਉਹਨੇ ਲੜਾਈ ਲਈ ਹੈ। ਮਹਾ ਕੇਰੀ ਭੀਖਨ ਪਾਰਾ, ਬਹੁਤ ਭਿਆਨਕ ਸ਼ੇਰ ਖਾਲਸਾ ਜੀ, ਜਿਹਨੂੰ ਵੇਖਦੇ ਹੀ ਡਰ ਲੱਗੇ, ਐਵੇਂ ਚਿੜੀਆ ਘਰ ਦੇ ਜੰਗਲ ਨੂੰ ਜਿਹੜੇ ਮਰੇ ਕਾਂ ਬੈਠੇ ਹਨ, ਇਹਨੂੰ ਤਾਂ ਖਾਣ ਨੂੰ ਮਿਲਦਾ ਹੀ ਨਹੀਂ। ਉਹ ਸ਼ੇਰ ਜਿਹੜਾ ਮਾਸ ਰੋਜ਼ ਖਾਣ ਵਾਲਾ ਹੈ, ਜੰਗਲ ਹੀ ਭੜਕ ਮਾਰ ਕੇ ਬਾਹਰ ਆਇਆ। ਬੜੀ ਬੇਲ ਲਾਂਗੁਲ ਬੱਡ ਤਾਰਾ, ਜਿਹਦਾ ਸਰੀਰ ਬੜਾ ਲੰਬਾ ਚੌੜਾ ਹੈ, ਪਿੱਠ ਬੜੀ ਚੌੜੀ ਹੈ,
ਤੇ ਇਹਦੀ ਜਿਹੜੀ ਪੂਛ ਹੈ ਨਾ ਉਹ ਇਸ ਤਰ੍ਹਾਂ ਇਹਨੇ ਫੈਲਾਈ ਹੋਈ ਹੈ। ਮੁਖ ਪਸਾਰ ਕਰ ਤਬ ਜੰਭਾਏ, ਮੁਖ ਪਸਾਰ ਕੇ ਇਹਨੇ ਜੰਭਾਈ ਲਈ ਹੈ। ਕਰ ਜੋ ਪੂਰ ਸਬਨ ਸੁਣ ਪਾਏ, ਵਾਸੀ ਲਈ ਨਾ ਜਿਵੇਂ ਕੋਈ ਸੁੱਤਾ ਸ਼ੇਰ ਜਾਗੇ ਤੇ ਵਾਸੀ ਲੈਂਦਾ, ਅਸੀਂ ਵੀ ਤਾਂ ਸਭ ਲੈਂਦੇ ਹੀ ਆ ਨਾ, ਸੁੱਤੇ ਉੱਠੀਏ ਆ ਕਰਦੇ ਸਾਰੇ, ਇਹ ਅੰਦਰਲੀ ਹਵਾ ਹੀ ਗੰਦਗੀ ਬਾਹਰ ਕੱਢਣੀ ਹੈ। ਤੇ ਸ਼ੇਰ ਜਦੋਂ ਉੱਠਿਆ ਤੇ ਇਹਨੇ ਜਭਾਈ ਲਈ ਤੇ ਗਰਦ ਕੇ ਬਾਹਰ ਆਇਆ ਹੈ। ਬਿਕਮ ਸਥਾਨ ਝਾੜ ਕੇ ਤਰੇ, ਝਾੜਾਂ ਦੇ ਥੱਲੇ ਬੜੇ ਭਿਆਨਕ ਥਾਂ ਤੇ ਬੈਠਿਆ ਹੋਇਆ ਸੀ। ਤਹਾਂ ਬਿਲੋਕਿਓ ਪੱਟ ਸੁਧ ਕਰੇ, ਯੋਧਿਆਂ ਨੇ ਵੇਖਿਆ ਕਿ ਮਹਾਰਾਜ ਉਹ ਬੈਠਾ ਹੈ, ਉਹ ਮਹਾਰਾਜ ਝਾੜੀ ਦੇ ਥੱਲੇ ਲੁਕ ਕੇ ਬੈਠਾ ਹੋਇਆ ਹੈ। ਸੁਣ ਗੁਰ ਬਲੀ ਤਾਂ ਚੱਲ ਗਏ, ਮਹਾਰਾਜ ਜੀ ਨੇ ਬਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜ ਜੋਧਾ ਬਹੁ ਪਰਉਪਕਾਰੀ ਐਸੇ ਮਹਾਰਾਜ ਜੀ ਨੇ ਵੇਖਿਆ ਕਿ ਭਾਵੇਂ ਲੁਕਿਆ ਹੋਇਆ ਨਹੀਂ ਸੀ, ਉਹਦਾ ਤੇ ਸੁਭਾਅ ਹੈ ਨਾ ਕਿ ਝਾੜੀ ਚ ਬਹਿ ਜਾਣਾ। ਪਰ ਜਦੋਂ ਮਹਾਰਾਜ ਨੇ ਵੇਖਿਆ ਤੇ ਮਹਾਰਾਜ ਜੀ ਉਹਦੇ ਵੱਲ ਗਏ ਹਨ। ਕੇ ਹਰ ਪੀਖਨ ਦੇਖਤ ਭਏ, ਭਿਆਨਕ ਸ਼ੇਰ ਨੂੰ ਜਦੋਂ ਮਹਾਰਾਜ ਨੇ ਵੇਖਿਆ ਹੈ, ਬਿਕਮ ਥਾਨ ਸੋ ਖਰੇ ਉਹ ਨਿਹਾਰੇ, ਬੜਾ ਭਿਆਨਕ ਥਾਂ ਤੇ ਅੰਦਰ ਵੜਿਆ ਹੋਇਆ। ਹੁਣ ਨਾ ਅੱਗੇ ਬੰਦੇ ਨੇ ਜਾਣ ਦੇ ਸਮਾਂ ਖਾਲਸਾ ਜੀ, ਅੱਗੇ ਝਾੜੀਆਂ ਬਹੁਤ ਜ਼ਿਆਦਾ ਤੇ ਭਿਆਨਕ ਥਾਂ ਤੇ ਖੜਾ ਹੈ। ਵਿਆਹ ਤੇ ਉਤਰਨ ਹਿਰਦੇ ਵਿਚਾਰੇ, ਮਹਾਰਾਜ ਨੇ ਵਿਚਾਰਿਆ ਵੀ ਹੁਣ ਘੋੜੇ ਦੀ ਲੋੜ ਨਹੀਂ, ਘੋੜੇ ਨੂੰ ਪਿੱਛੇ ਕਰ ਦੋ। ਤੇ ਮਹਾਰਾਜ ਘੋੜੇ ਤੋਂ ਥੱਲੇ ਉਤਰ ਕੇ ਉਹਨੂੰ ਪਿੱਛੇ ਕੀਤਾ ਹੈ। ਨਹੀਂ ਤੁਫੰਗ ਸੰਗ ਇਸ ਮਾਰੇ, ਸਤਿਗੁਰ ਜੀ ਵਿਚਾਰ ਕਰਦੇ ਹਨ ਇਹਨੂੰ ਗੋਲੀ ਨਾਲ ਨਹੀਂ ਮਾਰਨਾ। ਉਹ ਯੋਧਾ ਕਹਿੰਦਾ ਇਹਨਾਂ ਗੋਲੀ ਨਾਲ ਮਾਰ ਦੇਵੇ, ਸ਼ੇਰ ਨੂੰ ਮਾਰਨਾ ਹੈ ਤੇ ਕਿਵੇਂ ਮਾਰਾਂਗੇ। ਖੜਗ ਸਿਪਰ ਗਏ ਸਮੁਖ ਸੰਘਾਰੇ, ਇਹਨੂੰ ਤਲਵਾਰ ਲੈ ਕੇ ਮਾਰਾਂਗੇ, ਨਾਲ ਸਿਪਰ ਕਹਿੰਦੇ ਢਾਲ, ਢਾਲ ਤਲਵਾਰ ਲੈ ਕੇ ਇਹਨੂੰ ਮਾਰਾਂਗੇ। ਨਹੀਂ ਤੁਰੰਗ ਚਲਾਵਨ ਥਾਨ, ਤੁਫੰਗ ਨਹੀਂ ਤੁਫੰਗ ਚਲਾਵਨ ਥਾਨ, ਇੱਥੇ ਬਲੂਕ ਥਾਨ ਚਲਾਉਣ ਦਾ ਸਮਾਂ ਹੀ ਨਹੀਂ। ਬੰਦੂਕ ਚਲਾਉਣ ਲਈ ਥੋੜਾ ਜਿਹਾ ਫੈਸਲਾ ਹੋਣਾ ਚਾਹੀਦਾ ਨਾ, ਤੇ ਕਿਤਨਾ ਫਾਸਲਾ ਹੈ, ਤੇ ਫਾਸਲਾ ਵੀ ਨਹੀਂ ਹੋਣਾ ਚਾਹੀਦਾ, ਇੱਥੇ ਹੈ ਹੀ ਨਹੀਂ ਫਾਸਲਾ। ਤੇ ਹੁਣ ਤਾਂ ਸਮਾਂ ਹੈ ਵੀ ਬੰਦੂਕ ਨਹੀਂ ਤਲਵਾਰ ਦਾ ਵਾਰ ਕਰਨਾ ਹੈ। ਕੰਟਕ ਜੁੱਤ ਤਰੁ ਖਰੇ ਮਹਾਨ, ਕੰਡਿਆਂ ਵਾਲੇ ਦਰਖਤ ਝਾੜੀਆਂ ਬਹੁਤ ਜ਼ਿਆਦਾ ਖੜੀਆਂ ਉੱਥੇ। ਦੀਰਗ ਦਾੜੇ ਦਾਰੁਨ ਤੁੰਡ, ਖਾਲਸਾ ਜੀ ਦੀਰਘ ਦਾੜਾ ਇਹਦੀਆਂ, ਬੜਾ ਭਿਆਨਕ ਮੁੱਖ ਹੈ ਸ਼ੇਰ ਦਾ। ਪੱਗ ਕੇ ਨੱਖ ਤੀਖੇ ਸੋ ਪ੍ਰਚੰਡ, ਜਿਹੜੇ ਪੈਰਾਂ ਦੇ ਨਖੂਨ ਬੜੇ ਤਿੱਖੇ। ਹੁਣ ਸ਼ੇਰ ਨੇ ਕਿਹੜੀ ਹਜਾਮਤ ਕਰਾਈ ਹੈ ਖਾਲਸਾ ਜੀ, ਉਹਨੂੰ ਕਿਹੜਾ ਨਖੂਨ ਕੱਟਣ ਵਾਲਾ ਹੈ, ਬੜੇ ਭਿਆਨਕ ਤਿੱਖੇ ਨਖੂਨ ਇਤਨੇ ਪ੍ਰਚੰਡ ਹਨ। ਤੀਖਨ ਸਟਾ ਉਠਾਏ ਤੋਰ, ਖਾਲਸਾ ਜੀ ਬੜਾ ਭਿਆਨਕ ਇਹ ਸ਼ੇਰ, ਇਹਦੇ ਇੱਥੇ ਗਰਦਨ ਦੇ ਵਾਲ ਹੁੰਦੇ, ਜਦੋਂ ਵਾਲ ਇਹਨੇ ਉੱਪਰ ਚੁੱਕੇ ਤੇ ਪੂਛ ਪਰੇ ਕੀਤੀ ਹੈ। ਦੇਤ ਤਾਸ ਜਨ ਪਾਖੀਅਤ ਦੋਰ, ਉਸਦਾ ਡਰ ਦਿੰਦਾ ਹੈ ਮਾਨੋ ਹੁਣੇ ਹੀ ਖਾਣ ਲਈ ਤਿਆਰ ਬਰ ਤਿਆਰ ਹੋਵੇ। ਹੁਣ ਸ਼ੇਰ ਨੂੰ ਜਿਹੜਾ ਵੇਖਣ ਵਾਲਾ ਹੈ ਖਾਲਸਾ ਜੀ, ਉਹ ਤਾਂ ਪਹਿਲਾਂ ਡਰ ਜਾਂਦਾ ਹੈ
ਕਿ ਆਪਣੇ ਵੱਲੋਂ ਇਹ ਡਰ ਪੈਦਾ ਕਰ ਰਿਹਾ ਹੈ। ਵੱਡੇ ਪਖਾਰ ਗਾਤ ਪਰ ਪਰੇ, ਪਖਾਰ ਕਹਿੰਦੇ ਤਿੱਖੀਆਂ ਲਾਇਨਾਂ ਜਿਵੇਂ ਖਾਲਸਾ ਜੀ ਹੋ। ਤੁਸੀਂ ਦੇਖਿਆ ਹੋਣਾ ਸ਼ੇਰਾਂ ਤੇ ਵੱਖਰੇ ਵੱਖਰੇ ਧਾਰੀਆਂ ਜੀ ਹੁੰਦੀਆਂ, ਇਸ ਤਰ੍ਹਾਂ ਬੜੀ ਤਿੱਖੀਆਂ ਧਾਰੀਆਂ ਹਨ। ਮਾਨੋ ਗਿਰ ਪਰ ਇਹ ਸਮਸਰੇ, ਮਾਨੋ ਕਿਸੇ ਪਹਾੜ ਤੇ ਇਹ ਕਹਿੰਦੇ ਸੱਪ ਪਏ ਹੋਣ, ਜਿਵੇਂ ਕਹਿੰਦੇ ਪਹਾੜ ਦੇ ਸੱਪ ਲਟਕੇ ਹੋਣ ਨਾ, ਇਸੇ ਤਰ੍ਹਾਂ ਸ਼ੇਰ ਪਹਾੜ ਵਾਂਗ ਹੈ, ਜਿਹੜੀ ਧਾਰੀਆਂ ਉਹ ਸੱਪ ਦੇ ਵਾਂਗ ਹਨ। ਸ਼੍ਰੋਣ ਤਰੰਗੀ ਆਖ ਮਨੋ ਹੈ, ਅੱਖਾਂ ਵਿੱਚ ਲਾਲੀ ਹੈ ਖਾਲਸਾ ਜੀ, ਉਹ ਮਾਨੋ ਖੂਨ ਹੀ ਭਰਿਆ ਹੋਵੇ। ਉਹ ਜਿਹੜਾ ਖੂਨ ਪੀਣ ਵਾਲਾ ਹੈ, ਉਹ ਅੱਖਾਂ ਚ ਖੂਨ ਹੀ ਬਾਹਰ ਆਉਣਾ ਖਾਲਸਾ ਜੀ, ਉਹ ਜਿਹਨੇ ਹਰ ਵੇਲੇ ਖੂਨ ਪੀਣਾ ਹੈ, ਮਾਸ ਖਾਣਾ ਹੈ, ਤੇ ਉਹਦੀ ਅੱਖਾਂ ਵੀ ਲਾਲੋ ਲਾਲ ਹਨ। ਉਧਰ ਬਿਸਤ ਜੈ ਮ੍ਰਿਦੁਲ ਕਨੋ ਹੈ, ਪੇਟ ਬੜਾ ਵੱਡਾ ਹੈ ਤੇ ਕੋਮਲ ਵੀ ਹੈ। ਗੁਰੂ ਉਤਰ ਆਗੇ ਹੋਏ ਖੜੇ, ਮਹਾਰਾਜ ਜੀ ਉਤਰ ਕੇ ਉਹਦੇ ਅੱਗੇ ਖੜੇ ਹੋ ਗਏ ਹਨ। ਸਿਪਰ ਬਾਮ ਕਰ ਦਿੜ ਤਬ ਧਰੇ, ਹੱਥ ਵਿੱਚ ਮਹਾਰਾਜ ਨੇ ਢਾਲ ਫੜੀ ਹੈ ਤੇ ਸੱਜੇ ਹੱਥ ਚ ਮਹਾਰਾਜ ਫੁਲਾਦੀ ਤੇਗ ਹੈ ਖਾਲਸਾ ਜੀ। ਧਾਰ ਅਤੇ ਤੇਲ ਲੈ ਕੇ, ਤੇਗ ਲੈ ਕੇ, ਤਲਵਾਰ ਲੈ ਕੇ ਮਹਾਰਾਜ ਤਿਆਰ ਦਰ ਤਿਆਰ ਹੋਏ ਹਨ। ਲਲਕਾਰੇ ਗੀਦੀ ਕਿਉਂ ਖੜੇ ਹੋ, ਮਹਾਰਾਜ ਲਲਕਾਰਦੇ ਐ ਗੀਦੀ ਕਿੱਥੇ ਖੜੇ ਆ ਸਾਹਮਣੇ ਆ। ਕਹਿ ਇਮ ਪਾਏ ਰੂਪ ਬੇਤਰੇ, ਪੈਰ ਤੋਂ ਰੋਕੇ ਹੋਏ ਅੱਗੇ ਵੱਧ ਤੇ ਮਹਾਰਾਜ ਆਪਣੇ ਪੈਰ ਜਮਾ ਕੇ ਖੜੇ ਹਨ ਤੇ ਸ਼ੇਰ ਨੂੰ ਲਲਕਾਰ ਰਹੇ ਹਨ। ਸੁਨਤ ਨਿਕਟ ਪਿਕ ਵੱਡ ਭਵਕਾਰੇ, ਉਹਨੇ ਆਵਾਜ਼ ਸੁਣੀ ਨਾ ਤੇ ਭਵਕਾ ਮਾਰਿਆ। ਸ਼ੇਰ ਦੀ ਗਰਜਣਾ ਹੀ ਐਸੀ ਹੈ ਜਦੋਂ ਭਵਕਾ ਮਾਰਿਆ ਉਹਨੇ। ਹਰੇ ਜੋ ਪੱਟ ਯਾ ਗਨ ਡਰ ਤਾਰੇ, ਤੇ ਘੋੜੇ ਖੜੇ ਸਨ ਡਰ ਗਏ। ਹੁਣ ਸ਼ੇਰ ਦੀ ਭਵਕ ਹੀ ਐਸੀ ਹੈ, ਉਹ ਯੋਧੇ ਵੀ ਤਾਂ ਜਿਹੜੇ ਖੜੇ ਸਨ ਤੇ ਜਿਹੜੇ ਘੋੜੇ ਖੜੇ ਉਹ ਵੀ ਡਰ ਗਏ। ਇੱਕ ਵਾਰ ਫਾਂਦ ਕਰ ਆਇਓ, ਇੱਕ ਵਾਰ ਇਹ ਜਿਹੜਾ ਸ਼ੇਰ ਹੈ ਇਹਨੇ ਛਲਾਂਗ ਮਾਰ ਕੇ ਅੱਗੇ ਆਇਆ ਹੈ। ਟੁੰਡ ਪ੍ਰਚੰਡ ਪਸਾਰਤ ਤਾਇਓ, ਆਪਣਾ ਭਿਆਨਕ ਮੂੰਹ ਅੱਗੇ ਲੈ ਕੇ ਇਹਨੇ ਹਮਲਾ ਕੀਤਾ ਹੈ। ਦੂਰ ਦੂਰ ਚਿਰ ਪਿੱਛੇ ਤਮਾਸ਼ਾ, ਦੂਰ ਦੂਰ ਗੁਰੂ ਕੇ ਪਿਆਰੇ ਯੋਧੇ ਖੜੇ ਤਮਾਸ਼ਾ ਵੇਖ ਰਹੇ ਹਨ। ਇਹ ਚਿੱਤ ਬਾਜ ਹੋਤੇ ਐ ਪਾਸਾ, ਸਤ ਲਹਾ ਸ੍ਰੀ ਵਾਹਿਗੁਰੂ। ਹੁਣ ਕਈ ਜਿਹੜੇ ਬਾਜ ਸਨ ਘੋੜੇ ਸਨ, ਉਹਨਾਂ ਦਾ ਛੱਲਾ ਨਿਕਲ ਗਿਆ, ਕਈਆਂ ਦੀ ਲਿੱਧ ਆ ਗਈ। ਹੁਣ ਇਹ ਤਾਂ ਕੁਦਰਤੀ ਸੁਭਾਅ ਹੈ ਨਾ, ਜਦੋਂ ਕੋਈ ਬੰਦਾ ਡਰ ਆਪਣੇ ਅੰਦਰ ਪੈਦਾ ਕਰੇ ਤੇ ਉਹਦਾ ਇਹੀ ਹਾਲ ਹੁੰਦਾ ਹੈ। ਨਿਜ ਬਲ ਅਖਲ ਕਰੇ ਮੁਖ ਬਾਏ, ਖਾਲਸਾ ਜੀ ਉਹਨੇ ਆਪਣਾ ਬਲ ਪੂਰਾ ਲਾ ਕੇ, ਦੋਵੇਂ ਜਿਹੜੇ ਪੰਜੇ ਪਹਿਲੇ ਅਗਲੇ ਪੰਜੇ ਨੇ ਪੂਰਾ ਅੱਗੇ ਲਾ ਕੇ ਤੇ ਪੂਰਾ ਮੁਖ ਦਾ ਇਹਨੇ ਵਾਰ ਕੀਤਾ ਹੈ। ਚਰਨ ਸਨੁਖ ਜੁਗ ਉਰਦ ਉਠਾਏ, ਦੋ ਆਪਣੇ ਅਗਲੇ ਚਰਨ ਤੇ ਮੁਖ ਪੂਰਾ ਚੰਗੀ ਤਰ੍ਹਾਂ ਉੱਤੇ ਉਠਾ ਕੇ, ਉੱਪਰ ਪਰੇ ਆਨ ਕਰ ਐਸੇ, ਇੱਕਦਮ ਆ ਕੇ ਮਹਾਰਾਜ ਤੇ ਹਮਲਾ ਕਰਨ ਲਗਾ। ਕਰੇ ਦਬਾਏ
ਉੱਠੇ ਨਾ ਜੈਸੇ ਥੱਲੇ ਦਬਾ ਲਵਾਂ ਕਿ ਜਿਸ ਤੇ ਮੈਂ ਹਮਲਾ ਕਰਾਂ ਉਹਦਾ ਭਾਰੀ ਧਰਾਉਂਦਾ ਹੈ ਤੇ ਦੂਜਾ ਖਾਲਸਾ ਜੀ ਉਹ ਹੈ ਹੀ ਸ਼ੇਰ ਤੇ ਸ਼ੇਰ ਖਾਲਸਾ ਜੀ ਨਿਰਭੈ ਹੁੰਦਾ ਹੈ ਇਹਦੇ ਜਿਹੜੇ ਨਖੂਨ ਬੜੇ ਤਿੱਖੇ ਇਹ ਚਾਹੁੰਦਾ ਵੀ ਜਿਹਨੂੰ ਮੈਂ ਮਾਰਾਂ ਨਾ ਉਹਨੂੰ ਥੱਲੇ ਹੀ ਦਬਾ ਲਵਾਂਗਾ ਸਿਰ ਉੱਪਰ ਜਬ ਆਵਨ ਲਾਦਾ ਮਹਾਰਾਜ ਜੀ ਦੇ ਸਿਰ ਤੇ ਇਹਨੇ ਹਮਲਾ ਕੀਤਾ ਹੈ ਆਡ ਸਿਪਰ ਕੋ ਰੋਕ ਸਿਆਦਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਖੱਬੇ ਹੱਥ ਦੀ ਢਾਲ ਫੜੀ ਹੋਈ ਉਹ ਢਾਲ ਅੱਗੇ ਕੀਤੀ ਹੈ ਉਜ ਕਰ ਅਗਰ ਨਯਾਵਾ ਮਹਾਰਾਜ ਜੀ ਦੀ ਸ਼ਮ ਸ਼ੇਰ ਸ਼ੇਰ ਤੋਂ ਵੀ ਵੱਧ ਗਏ ਮਹਾਰਾਜ ਜੀ ਖਾਲਸਾ ਜੀ ਹੋ ਤੇ ਪੂਰਾ ਜ਼ੋਰ ਲਾਇਆ ਸ਼ੇਰ ਨੇ ਵੀ ਢਾਲ ਨੂੰ ਪਰੇ ਕਰਕੇ ਤੇ ਮੈਂ ਉੱਤੇ ਹਮਲਾ ਕਰਾਂ ਤੇ ਢਾਲ ਨਾਲ ਮਹਾਰਾਜ ਜੀ ਦੇ ਬਾਹਰ ਰੋਕਿਆ ਇਸਦਾ ਢਾਲ ਝੰਜੋੜਨ ਬਦਨ ਚਲਾਵਾ ਫਿਰ ਮੂੰਹ ਨਾਲ ਝੰਜੋੜਿਆ ਢਾਲ ਨੂੰ ਤੇ ਢਾਲ ਨੂੰ ਮੈਂ ਝੰਜੋੜਦਾ ਪਿੱਛੇ ਕਰਦਾ ਢਾ ਦਵਾਂ ਥੱਲੇ ਪਰ ਇਹਨੇ ਬੜਾ ਜ਼ੋਰ ਲਾਇਆ ਸ਼ੇਰ ਨੇ ਚਿਨ ਗੁਰ ਸ਼ਮਸ਼ੇਰ ਨਿਕਾਸੀ ਉਸੇ ਵੇਲੇ ਮਹਾਰਾਜ ਜੀ ਨੇ ਦੂਜੇ ਹੱਥ ਦੀ ਸ਼ੇਰ ਤਲਵਾਰ ਸੀ ਨਾ ਤੇ ਤਲਵਾਰ ਮਹਾਰਾਜ ਜੀ ਨੇ ਇਸ ਤਰ੍ਹਾਂ ਬਾਹਰ ਅੱਗੇ ਫੈਲਾਈ ਹੈ ਪੀਕਨ ਪੀਕਨ ਚੱਲ ਚੱਪਲਾ ਸੀ ਚੱਲ ਚੱਪਲਾ ਸੀ ਤਿੱਖੀ ਜਿਹੜੀ ਤਲਵਾਰ ਚੱਲਦੀ ਬਿਜਲੀ ਵਾਂਗ ਲਿਸ਼ਕਦੀ ਹੋਈ ਜਦੋਂ ਤਲਵਾਰ ਖਾਲਸਾ ਜੀ ਇਸ ਤਰ੍ਹਾਂ ਲਿਸ਼ਕੀ ਹੈ ਰੁਪਿਓ ਪਾਏ ਦਿੜ ਥੰਬ ਸਮਾਨਾ ਖਾਲਸਾ ਜੀ ਮਹਾਰਾਜ ਜੀ ਜੰਮ ਕੇ ਜੰਮ ਕਰ ਰਹੇ ਹਨ ਪੈਰ ਰੋਕ ਕੇ ਮਹਾਰਾਜ ਜੀ ਨੇ ਜਦੋਂ ਤਲਵਾਰ ਅੱਗੇ ਵਧਾਈ ਹੈ ਨਹੀਂ ਥਾਨ ਤੇ ਚਲੇ ਸੁਜਾਨਾ ਖਾਲਸਾ ਸੁਜਾਨਾ ਐਸੇ ਸਤਿਗੁਰ ਬੜੇ ਸੁਜਾਨ ਹਨ ਮਹਾਰਾਜ ਜੀ ਆਪਣਾ ਪੈਰ ਟਿਕਾ ਕੇ ਉੱਥੇ ਹੀ ਖੜੇ ਹਨ ਅੱਗੇ ਪੈਰ ਅੱਗੇ ਪਿੱਛੇ ਨਹੀਂ ਕੀਤਾ ਕੋਪ ਗੁਰੂ ਕੇ ਮੁਖ ਪਰ ਛਾਇਓ ਮਹਾਰਾਜ ਜੀ ਦੇ ਚਿਹਰੇ ਤੇ ਲਾਲੀ ਛਾ ਗਈ ਬੀਰਸ ਐਸਾ ਛਾਇਆ ਉਸ ਵੀ ਰਸ ਨਾਲ ਭ੍ਰਗੁਟੀ ਨੱਚਤੇ ਲਾਲ ਹੋਏ ਆਇਓ ਅੱਖਾਂ ਦੇ ਉੱਤੇ ਭ੍ਰਗੁਟੀ ਹੁੰਦੀ ਨੇ ਕਮਾਨ ਵਾਂਗ ਤੇ ਇਹ ਨੱਚਦੀ ਹੈ ਜਦੋਂ ਵੀਰ ਰਸ ਆਉਂਦਾ ਖਾਲਸਾ ਜੀ ਅੱਖਾਂ ਲਾਲ ਅੱਖਾਂ ਖਿੜ ਜਾਂਦੀਆਂ ਤੇ ਮਹਾਰਾਜ ਜੀ ਇਸ ਤਰ੍ਹਾਂ ਭ੍ਰਗੁਟੀ ਨਚਾ ਰਹੇ ਹਨ ਹਰਕਤ ਅਦਰ ਅਰੁਣ ਦ੍ਰਿਗ ਭਾਏ ਅੱਖਾਂ ਲਾ ਰਹੇ ਖਾਲਸਾ ਜੀ ਮਹਾਰਾਜ ਜੀਆਂ ਤੇ ਬੁੱਲ ਫੜਕ ਰਹੇ ਹਨ ਸਿਪਰ ਤਕੇਲਾ ਪੂਰਬ ਦਏ ਮਹਾਰਾਜ ਨੇ ਪਹਿਲਾਂ ਢਾਲ ਉਹਨੂੰ ਕੋਨੇ ਵੱਲ ਮਾਰੀਏ ਜਿਹੜਾ ਸ਼ੇਰ ਢਾਲ ਤੇ ਕਿਦਾਂ ਮਾਇਆ ਖਾਲਸਾ ਜੀ ਸਮਾਂ ਲੱਗਦਾ ਇੱਕ ਸੈਕਿੰਡ ਹੀ ਐਵੇਂ ਸੋਚਣਾ ਨਾ ਵੀ ਕਿੰਨੇ ਮਿੰਟ ਉਹ ਸ਼ੇਰ ਢਾਲ ਤੇ ਬੈਠਾ ਰਿਹਾ ਬਸ ਇੱਕ ਦੋ ਸੈਕਿੰਡ ਲੱਗਦੇ ਸਿਆਣਿਆਂ ਦੀ ਕਹਾਵਤ ਹੈ ਢਾਈ ਬਸ ਸੈਕਿੰਡ ਦੇ ਵਾਰ ਹੁੰਦੇ ਢਾਈ ਸੈਕਿੰਡ ਕਿਤਨੇ ਹੁੰਦੇ ਆਰ ਜਾਂ ਬਾਹਰ ਉਧਰੋਂ ਸ਼ੇਰ ਨੇ ਹਮਲਾ ਕੀਤਾ ਢਾਲ ਰੋਕੀ ਮਹਾਰਾਜ ਨੇ ਤੇ ਅੱਧੇ ਸੈਕਿੰਡ ਵਿੱਚ ਮਹਾਰਾਜ ਨੇ ਅੱਖਾਂ ਨਾਲ ਬੁੱਲ ਪੜ ਕੇ ਤੇ ਅਦਰ ਇਸ ਤਰ੍ਹਾਂ ਪੜ ਕੇ ਖਾਲਸਾ ਜੀ ਉਹ ਤੇ ਮਹਾਰਾਜ ਜੀ ਨੇ ਢਾਲ ਨਾਲ ਉਹ ਪਿੱਛੇ ਕੀਤਾ ਹੈ ਜੁਗ ਪਗ ਮੁਖ ਢਾਲੇ ਪਰ ਤੀਨਾ ਤਿੰਨੇ ਉਹਦੇ ਦੋ ਅਗਲੇ ਪੈਰ
ਤੇ ਮੁਖ ਇਹ ਢਾਲਤੇ ਸਨ। ਹੱਟ ਪਿੱਛੇ ਤਨ ਉੱਚੋ ਕੀਨਾ, ਪਿੱਛੇ ਜਦੋਂ ਕੀਤਾ ਉਹਨੇ ਫਿਰ ਆਪਣੇ ਆਪ ਨੂੰ ਉੱਚਾ ਕੀਤਾ ਹੈ। ਦਾਨ ਕਰ ਕੋ ਬਲ ਕਰ ਸਾਰਾ, ਖਾਲਸਾ ਜੀ ਫਿਰ ਮਹਾਰਾਜ ਜੀ ਨੇ ਖੱਬੇ ਹੱਥ ਦਾ ਸਾਰਾ ਬਲ ਲਗਾ ਕੇ ਖੜਗ ਫੁਲਾਦੀ ਗੁਰੂ ਪ੍ਰਹਾਰਾ, ਖੜਗ ਫੁਲਾਦੀ ਤਲਵਾਰ। ਫੁਲਾਦੀ ਕਹਿੰਦੇ ਇਹ ਫੁਲਾਦ ਦਾ ਲੋਹਾ ਹੁੰਦਾ ਹੈ ਖਾਲਸਾ ਜੀ, ਐਸਾ ਲੋਹਾ ਜਿਹੜਾ ਖਾਲਸਾ ਜੀ ਜਿਹਨੂੰ ਕਹਿੰਦੇ ਲੱਕੜ ਨੂੰ ਵੀ ਚੀਰ ਦੇਵੇ, ਲੋਹੇ ਨੂੰ ਵੀ ਚੀਰ ਦੇਵੇ, ਜੇ ਚੰਗੀ ਤਰ੍ਹਾਂ ਵੱਜ ਜਾਵੇ ਉਹਨੂੰ ਵੀ ਚੀਰ ਦਿੰਦਾ ਹੈ। ਤੇ ਐਸੀ ਫੁਲਾਦੀ ਤਲਵਾਰ ਮਹਾਰਾਜ ਜੀ ਨੇ ਵੀਰ ਰਸ ਨਾਲ ਕੱਟ ਤੇ ਕੱਟ ਕਰ ਦੋ ਕਰ ਪਰੇ, ਢਿੱਡ ਵਿੱਚ ਮਾਰੀ ਉਹਦੇ ਦੋ ਟੋਟੇ ਕਰ ਦਿੱਤੇ। ਕਰਾ ਚੋਲ ਤਰਨੀ ਮੈਂ ਬਰੇ, ਖਿੱਚ ਕੇ ਮਾਰੀ ਉਹਦੇ ਦੋ ਟੋਟੇ, ਉਹ ਤਾਂ ਥੱਲੇ ਗਿਰ ਗਿਆ ਤੇ ਉਹ ਤਲਵਾਰ ਜਾ ਕੇ ਧਰਤੀ ਵਿੱਚ ਟੱਪ ਗਈ। ਗੇਰ ਸ਼ੇਰ ਸ਼ਮਸ਼ੇਰ ਨਿਕਾਸੀ, ਸ਼ੇਰ ਨੂੰ ਗੇਰ ਕੇ ਮਹਾਰਾਜ ਜੀ ਨੇ ਸ਼ਮਸ਼ੇਰ ਨਿਕਾਸੀ, ਜਿਹੜੀ ਤਲਵਾਰ ਉਹ ਧਰਤੀ ਚੋਂ ਬਾਹਰ ਕੱਢੀ ਹੈ। ਰਿਸ ਤੇ ਬਹੁ ਬਲ ਸੰਗ ਪ੍ਰਹਾਰੀ, ਗੁੱਸੇ ਨਾਲ ਮਹਾਰਾਜ ਜੀ ਨੇ ਪ੍ਰਹਾਰ ਕੀਤਾ ਸੀ। ਗੁੱਸਾ ਕਹਿੰਦੇ ਵੀਰ ਉਹ ਇਹ ਦੀਦੀ ਤੂੰ ਗਰੀਬਾਂ ਨੂੰ ਮਾਰੀ ਜਾਂਦਾ, ਜਿਹੜੇ ਗਰੀਬ ਜਾਨਵਰ ਉਹਨਾਂ ਨੂੰ ਮਾਰੀ ਜਾਂਦਾ, ਲੜਦਾ ਹੈ ਤਾਂ ਸ਼ੇਰ ਨਾਲ ਲੜ, ਤੂੰ ਸ਼ੇਰ ਅਸੀਂ ਸਵਾ ਸ਼ੇਰ ਆ। ਇਸ ਕਰਕੇ ਮਹਾਰਾਜ ਜੀ ਨੇ ਵੀਹ ਰਸ ਵਿੱਚ ਆ ਕੇ ਇਹ ਤਲਵਾਰ ਦਾ ਪ੍ਰਹਾਰ ਕੀਤਾ ਹੈ। ਸਿੱਖ ਸਿੱਖਣ ਮਨ ਮਾਨ ਅਚੰਬਾ, ਸਿੱਖਾਂ ਨੇ ਵੇਖਿਆ ਭਾਈ ਬਿਧੀ ਚੰਦ ਨੇ ਉਹ ਪੈਂਦੇ ਖਾਂ ਨੇ ਉਹਦੀ ਅੱਖਾਂ ਤੇ ਲਾੜ ਰਹਿ ਗਈਆਂ ਕਿ ਸਮਝਦਾ ਸੀ ਮੈਂ ਹੀ ਜੋਧਾ ਵਾਂ, ਮੈਂ ਜੋਧਾ ਨਹੀਂ, ਮੇਰੇ ਤੋਂ ਵੱਧ ਕੇ ਇਹ ਜੋਧੇ ਹਨ। ਬਟ ਜੋਧਾ ਬਹੁ ਪਰਉਪਕਾਰੀ, ਅਸਲ ਜੋਧੇ ਇਹ ਹਨ ਤੇ ਪਰਉਪਕਾਰੀ ਵੀ ਹਨ। ਇਹਨਾਂ ਨੇ ਸ਼ੇਰ ਦਾ ਉਧਾਰ ਵੀ ਕੀਤਾ ਹੈ। ਇਹ ਕਿਸੇ ਜੋਨੀ ਵਿੱਚੋਂ ਆਇਆ ਤੇ ਪੁਰਾਣੇ ਸੰਸਕਾਰ ਇਹਦੇ ਐਸੇ ਕਿ ਇਹਦਾ ਉਧਾਰ ਮਹਾਰਾਜ ਜੀ ਨੇ ਕਰਨਾ ਸੀ ਖਾਲਸਾ ਜੀ, ਇਸ ਕਰਕੇ ਇਹਦਾ ਉਧਾਰ ਕੀਤਾ। ਐਸੇ ਮਹਾਰਾਜ ਪਰਉਪਕਾਰੀ ਹਨ। ਕੱਟਿਓ ਬਿਟ ਪਜਿਮ ਕਾਟੀਏ ਰੰਬਾ, ਪਿਆਰੇ ਬੜੇ ਹੈਰਾਨ ਹੋਏ ਵੇਖਦੇ ਹਨ ਵੀ ਇਸ ਤਰ੍ਹਾਂ ਸ਼ੇਰ ਵੱਢਿਆ ਹੈ ਜਿਵੇਂ ਕੋਈ ਕੇਲੇ ਦਾ ਦਰਖਤ ਵੱਢਿਆ ਹੋਵੇ। ਖਾਲਸਾ ਜੀ ਦਰਖਤ ਵੱਢਣਾ ਸੌਖਾ ਕੇਲੇ ਦਾ, ਪਰ ਸ਼ੇਰ ਨੂੰ ਵੇਖਣਾ ਹੀ ਔਖਾ ਹੈ। ਚਲੋ ਵੇਖਣਾ ਛੱਡੋ, ਉਹਦਾ ਨਾਮ ਸੁਣਨਾ ਹੀ ਔਖਾ ਹੈ ਵੀ ਸ਼ੇਰ ਆ ਗਿਆ। ਜਿਹੜੀ ਕਹਾਣੀ ਸੋਹਣੀ ਹੋਣੀ ਸ਼ੇਰ ਆ ਗਿਆ ਸ਼ੇਰ ਆ ਗਿਆ, ਇੱਕ ਵਾਰੀ ਆ ਵੀ ਗਿਆ ਸੀ ਖਾਲਸਾ ਜੀ, ਭਾਵੇਂ ਕਹਾਣੀ ਬਣਾਈ ਹੈ ਪਰ ਸ਼ੇਰ ਦੀ ਆਵਾਜ਼ ਸੁਣ ਕੇ ਸਭਨਾ ਦੇ ਖਾਲਸਾ ਜੀ ਚੀਤੇ ਉੱਡ ਜਾਂਦੇ, ਕਈ ਪਹਿਰੇ ਹੋ ਜਾਂਦੇ ਸ਼ੇਰ ਦੀ ਆਵਾਜ਼ ਸੁਣ ਕੇ। ਤੇ ਖਾਲਸਾ ਜੀ ਐਸੇ ਸ਼ੇਰ ਜਿਹਦਾ ਸ਼ਿਕਾਰ ਮਹਾਰਾਜ ਜੀ ਨੇ ਕੀਤਾ ਉਹਨੂੰ ਇਸ ਤਰ੍ਹਾਂ ਵੱਢਿਆ ਜਿਵੇਂ ਕੇਲੇ ਦਾ ਦਰਖਤ ਵੱਢਦਾ ਹੋਵੇ ਕੋਈ। ਗੁਰ ਕਰਤੇ ਮਰ ਸੁਰਗ ਪਧਾਰਾ, ਇਹਦਾ ਉਧਾਰ ਹੁਣ ਹੋਇਆ। ਕਈ ਜੂਨਾਂ ਚ ਵਿਚਰਦਾ ਹੋਇਆ ਇਹ ਰੂਹ, ਪ੍ਰਾਣੀ ਰੂਹ ਹੋਣੀ ਦਰਸ਼ਨ ਪ੍ਰਸ਼ਨ ਕਰਨ ਵਾਲੀ ਮਹਾਰਾਜ ਦੇ, ਤੇ ਗੁਰੂ ਦੇ ਹੱਥ ਨਾਲ ਜਦੋਂ ਇਹ ਸ਼ੇਰ ਦਾ ਉਧਾਰ ਹੋਇਆ
ਇਹ ਸਿੱਧਾ ਸਵਰਗ ਵੱਲ ਗਿਆ ਹੈ। ਵਿਆਪਾਰ ਆਪ ਪਏ ਅਸਵਾਰਾ, ਮਹਾਰਾਜ ਸ਼ੇਰ ਦਾ ਸ਼ਿਕਾਰ ਕਰਕੇ ਆਪ ਆਪਣੇ ਘੋੜੇ ਤੇ ਸਵਾਰ ਹੋਏ ਹਨ। ਅਪਰ ਅਖੇਰ ਹੀਰ ਬਨ ਕਰੇ, ਮਹਾਰਾਜ ਸ਼ਿਕਾਰ ਖੇਡਦੇ ਹੋਏ ਜੰਗਲ ਵਿੱਚ ਵਿਚਰ ਵਿਚਰ ਕੇ, ਸਿਮਰਤ ਕੌਲਾ ਲੱਖ ਕਰ ਮੁਰੇ, ਮਹਾਰਾਜ ਉਧਰ ਯਾਦ ਕਰਦੇ ਕਿ ਉਧਰੋਂ ਪ੍ਰੇਮ ਭਰੀ ਆਵਾਜ਼ ਆਉਣ ਲੱਗੀ, ਖਿੱਚ ਆਉਣ ਲੱਗੀ ਕਿ ਮਹਾਰਾਜ ਮੇਰਾ ਅੰਤਲਾ ਸਮਾਂ ਨੇੜੇ ਆ ਗਿਆ ਹੈ। ਉਹ ਮਹਾਰਾਜ ਜੀ ਆਪਣੇ ਪਿਆਰੇ ਸੇਵਾਦਾਰ ਦੀ ਪਿਆਰੀ ਮਹਿਲ ਦੀ, ਭਾਵੇਂ ਮਹਿਲ ਹੈ ਪਰ ਅੰਦਰ ਪਿਆਰ ਬੜਾ ਜੀ, ਉਹ ਦਿਲਾਂ ਦਾ ਪਿਆਰ ਖਾਲਸਾ ਜੀ, ਉਹ ਪ੍ਰਾਣੀ ਰੂਹਾਂ ਦਾ ਪਿਆਰ ਸੀ। ਤੇ ਜਦੋਂ ਮਾਤਾ ਕੋਲਾ ਜੀ ਨੇ ਮਹਾਰਾਜ ਨੂੰ ਯਾਦ ਕੀਤਾ ਤੇ ਉਹ ਤਾਰ ਵੱਜੀ ਮਹਾਰਾਜ ਦੇ ਅੰਦਰ, ਮਹਾਰਾਜ ਜੀ ਉਹਨਾਂ ਨੂੰ ਸਿਮਰਨ ਕਰਦੇ ਹੋਏ ਉਹਨਾਂ ਵੱਲ ਜਾ ਰਹੇ ਹਨ। ਮਨ ਮੈਂ ਜਿਸ ਕੇ ਇੱਕ ਲਿਵ ਲਾਗੀ, ਇਹਨਾਂ ਦੇ ਮਨ ਵਿੱਚ ਇੱਕ ਲਿਵ ਲੱਗੀ ਹੋਈ ਹੈ। ਵੱਡ ਪਾਗਨ ਅਤਿਸ਼ੈ ਅਨੁਰਾਗੀ, ਐਸੀ ਵੱਡ ਪਾਗਨ ਇਹ ਮਾਤਾ ਕੋਲਾ ਜੀ ਜਿਹੜੇ ਅਤਿਸ਼ੈ ਅਨੁਰਾਗੀ ਬਹੁਤ ਪ੍ਰੇਮ ਵਾਲੇ ਹਨ। ਪ੍ਰੇਰਿਤ ਯਾਤੇ ਹੀਰਤ ਬਨ ਆਏ, ਮਹਾਰਾਜ ਜੀ ਆਪਣੇ ਘੋੜੇ ਨੂੰ ਜੰਗਲ ਵਿੱਚੋਂ ਪ੍ਰੇਰ ਪ੍ਰੇਰ ਕੇ, ਉਰ ਮਝਾਰ ਪ੍ਰਵਿਸ਼ੇ ਸਹਿ ਜਾਏ, ਤਾਏ ਮਹਾਰਾਜ ਸਹਿਜ ਹੀ ਸਮਾਂ ਪੈਂਡਾ ਤੈ ਕਰਦੇ ਕਰਦੇ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ। ਕੌਲਾ ਕੇ ਮੰਦਰ ਕੋ ਗਏ, ਮਾਤਾ ਕੌਲਾ ਜੀ ਦਾ ਆਪਣਾ ਮੰਦਿਰ ਹੈ, ਆਪਣਾ ਘਰ ਹੈ, ਆਪਣਾ ਕਮਰਾ ਹੈ, ਉੱਥੇ ਗਏ ਹਨ। ਉਤਰਤ ਅੰਤਰ ਕੋ ਗਮਨਏ, ਮਹਾਰਾਜ ਘੋੜੇ ਤੋਂ ਉਤਰ ਕੇ ਮਾਤਾ ਜੀ ਦੇ ਅੰਦਰਲੇ ਕਮਰੇ ਵਿੱਚ ਗਏ ਤੇ ਮਹਾਰਾਜ ਜੀ ਹੁਣ ਕਿਵੇਂ ਨਿਹਾਲ ਕਰਨਗੇ ਉਹਨਾਂ ਨੂੰ। ਉਧਰ ਸਮਾਧੀ ਲੱਗੀ ਹੋਈ ਮਾਤਾ ਕੋਲਾ ਜੀ ਦੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਆਤਮ ਗਿਆਨ ਦਾ ਉਪਦੇਸ਼ ਦੇ ਕੇ ਉਹਨਾਂ ਦਾ ਜਨਮ ਮਰਨ ਦਾ ਬੇੜਾ ਕੱਟਣਗੇ ਤੇ ਐਸੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭ ਦਾ ਭਲਾ ਕਰ ਰਹੇ ਹਨ। ਉਹ ਸ਼ੇਰ ਦਾ ਵੀ ਭਲਾ ਕੀਤਾ ਮਹਾਰਾਜ ਜੀ ਨੇ ਤੇ ਹੁਣ ਮਾਤਾ ਕੋਲਾ ਜੀ ਦਾ ਉਧਾਰ ਕਰਨਗੇ। ਉਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬੁੱਧਵਾਰ 12 ਤਰੀਕ ਖਾਲਸਾ ਜੀ ਸੰਸਾਰ ਭਰ ਵਿਖੇ ਮਨਾਇਆ ਜਾ ਰਿਹਾ ਹੈ। ਇਹ ਪਟਿਆਲਾ ਸ਼ਹਿਰ ਦੀ ਧਰਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਦੇ ਛੂਹ ਹੈ ਖਾਲਸਾ ਜੀ। ਅਸੀਂ ਸਾਰੇ ਉਹਨਾਂ ਦੇ ਔਲਾਦ ਹਾਂ, ਉਹਨਾਂ ਦੇ ਪੁੱਤਰ ਪੋਤੇ ਹਾਂ ਤੇ ਖਾਲਸਾ ਜੀ ਉਹ ਤੇ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਾਵਨ ਸਥਾਨਾਂ ਤੇ ਵਿਸ਼ੇਸ਼ ਤੌਰ ਤੇ ਦਿਹਾੜੇ ਮਨਾਏ ਜਾਣੇ ਹਨ। ਕੱਲ 10 ਤਰੀਕ ਦਿਨ ਸੋਮਵਾਰ ਨੂੰ ਲਗਭਗ ਸਵੇਰੇ 9:30 ਵਜੇ ਸ੍ਰੀ ਅਖੰਡ ਜਾਪ ਆਰੰਭ ਹੋਣਗੇ। ਜਿੱਥੇ ਇਹ ਅੰਮ੍ਰਿਤ ਸੰਚਾਰ ਭਵਨ ਹੈ ਨਾ, ਇੱਥੇ ਸ੍ਰੀ ਅਖੰਡ ਜਾਪ ਆਰੰਭ ਹੋਣਗੇ। ਉਪਰੰਤ ਖਾਲਸਾ ਜੀ ਉਹ ਪਰਸੋਂ ਲਗਭਗ 11 ਵਜੇ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛਤਰ ਛਾਇਆ ਹੇਠ ਅਤੇ ਪੰਜਾਂ ਪਿੰਡ ਦੀ ਅਗਵਾਈ ਵਿੱਚ ਖਾਲਸਾ ਜੀ ਤੇ ਮੋਤੀ ਬਾਗ ਸਾਹਿਬ ਤੋਂ ਹੋਰ ਬਾਜ਼ਾਰਾਂ ਵਿੱਚ ਹੁੰਦੇ ਹੋਏ ਸ਼ਾਮ ਲਗਭਗ 7 ਵਜੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਸਮਾਪਤੀ ਹੋਵੇਗੀ।
ਤੇ ਪਰਸੋਂ ਦੇ ਸ਼ਾਮ ਦੇ ਦੀਵਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਹਿਲਾਂ ਕੀਰਤਨ ਹੋਣਗੇ, ਉਪਰੰਤ ਕਵੀ ਦਰਬਾਰ ਤੇ ਢਾਡੀ ਦਰਬਾਰ ਸਾਰੀ ਰਾਤ ਹੋਣੇ ਹਨ ਖਾਲਸਾ ਜੀਓ। ਤੇ 12 ਤਰੀਕ ਪੰਚਮੀ ਵਾਲੇ ਦਿਹਾੜੇ, ਜਿਸ ਦਿਹਾੜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮੱਘਰ ਸੁਦੀ ਪੰਚਮੀ ਸਨ 1675 ਈਸਵੀ ਨੂੰ ਦਿੱਲੀ ਚਾਂਦਨੀ ਚੌਕ ਮਹਾਰਾਜ ਦੀ ਸ਼ਹੀਦੀ ਹੋਈ, ਉਹ ਪਾਵਨ ਦਿਹਾੜਾ ਖਾਲਸਾ ਜੀਓ ਸਤਿਗੁਰ ਮਹਾਰਾਜ ਦੇ ਗੁਣ ਗਾਣੇ ਉਹਨਾਂ ਦੀ ਬਾਣੀ ਦਾ ਜਾਪ ਕਰਨਾ ਹੈ। ਤੇ ਪੰਚਮੀ ਵਾਲੇ ਦਿਨ ਸਵੇਰ ਤੋਂ ਹੀ ਸਾਰੇ ਦੀਵਾਨ ਸ਼ੁਰੂ ਹੋ ਜਾਣੇ ਹਨ ਤੇ ਰਾਤਰੀ ਨੂੰ ਵਿਸ਼ੇਸ਼ ਕੀਰਤਨ ਸਮਾਗਮ ਕੀਰਤਨ ਦਰਬਾਰ ਹੋਣੇ ਹਨ। ਸ੍ਰੀ ਦਰਬਾਰ ਸਾਹਿਬ ਜੀ ਤੋਂ ਰਾਗੀ ਸਿੱਖ ਵੀ ਆ ਰਹੇ ਗੁਰੂ ਕੇ ਪਿਆਰੇ, ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਖਾਲਸਾ ਜੀਓ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਉਣਾ।